ਮੈਂ ਤੁਹਾਡਾ ਵੀਰ ਡਾਕਟਰ ਹਰੀਸ਼ ਮਹੋਤਰਾ ਅੱਜ ਫਿਰ ਤੁਹਾਡੇ ਲਈ ਤੁਹਾਡਾ ਹੱਥ ਵਾਲੀ ਪ੍ਰੋਗਰਾਮ ਸੋਚ ਦਾ ਸਫ਼ਰ ਲੈ ਕੇ ਹਾਜ਼ਰ ਹਾਂ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਵਿੱਚ ਕੁਛ ਇਹੋ ਜਿਹੀਆਂ ਗੱਲਾਂ, ਕੁਛ ਇਹੋ ਜਿਹਾ ਇਸ਼ੂਜ਼, ਕੁਛ ਇਹੋ ਜਿਹਾ ਟੋਪਿਕਸ ਡਿਸਕਸ ਕੀਤੇ ਜਾਂਦੇ ਆ ਜਿਹੜੇ ਸ਼ਾਇਦ ਕਿਸੇ ਹੋਰ ਟੈਲੀਵਿਜ਼ਨ 'ਤੇ ਯਾਨੀ ਕਿ ਜਾਂ ਕਿਸੇ ਰੇਡੀਓ 'ਤੇ ਜਾਂ ਸ਼ਾਇਦ ਕਿਸੇ ਅਖਬਾਰ ਵਿੱਚ ਵੀ ਉਹਨਾਂ ਬਾਰੇ ਜ਼ਿਕਰ ਨਾ ਹੁੰਦਾ ਹੋਵੇ। ਅਤੇ ਉਹ ਟੋਪਿਕ ਕੁਛ ਇਹੋ ਜਿਹਾ ਦਿਲ ਹਿਲਾਓ ਟੋਪਿਕਸ ਹੈ ਜਿਹੜੇ ਕਿ ਪਿਛਲੇ ਕੁਛ ਹਫ਼ਤਿਆਂ ਤੋਂ ਆਪਾਂ ਡਿਸਕਸ ਕਰ ਰਹੇ ਹਾਂ। ਜਦੋਂ ਮੈਂ ਉਹਨਾਂ ਕੇਸ ਸਟੱਡੀਜ਼ ਨੂੰ, ਉਹਨਾਂ ਸਟੋਰੀਜ਼ ਨੂੰ, ਉਹਨਾਂ ਕਹਾਣੀਆਂ ਨੂੰ ਜਦੋਂ ਦੁਬਾਰਾ ਫਿਰ ਮੈਂ ਪੜ੍ਹਦਾ ਤਾਂ ਮੇਰਾ ਫਿਰ ਯਾਨੀ ਕਿ ਦਿਲ ਜਿਹੜਾ ਹੈ ਦਹਿਲ ਜਾਂਦਾ। ਅਤੇ ਇਹ ਮੈਨੂੰ ਪੂਰਨ ਉਮੀਦ ਹੈ ਕਿ ਤੁਹਾਡਾ ਵੀ ਜਿਹੜਾ ਦਿਲ ਹੈ ਉਹ ਬਹੁਤ ਬੁਰੀ ਤਰ੍ਹਾਂ ਕੰਬ ਜਾਂਦਾ ਹੋਊਗਾ ਜਦੋਂ ਤੁਸੀਂ ਇਹੋ ਜਿਹੀਆਂ ਸਟੋਰੀ ਸੁਣਦੇ, ਪਰ ਇਹ ਸੱਚੀਆਂ ਕਹਾਣੀਆਂ ਜਿਹੜੇ ਕੇਸਿਸ ਨੂੰ ਮੈਂ ਡੀਲ ਕੀਤਾ ਸੀ ਕੁਛ ਸਾਲ ਪਹਿਲਾਂ। ਅਤੇ ਉਹੋ ਜਿਹੀਆਂ ਕਹਾਣੀਆਂ ਅੱਜ ਵੀ ਇੰਨੇ ਸਾਲ ਬੀਤਣ ਦੇ ਬਾਅਦ ਵੀ ਅੱਜ ਵੀ ਯਾਨੀ ਕਿ ਉਹ ਆਪਣੇ ਸਮਾਜ ਦੇ ਵਿੱਚ ਮੌਜੂਦ ਹੈਗੀਆਂ। ਅਤੇ ਜਿਸ ਟਾਈਮ 'ਤੇ ਮੈਂ ਇਹ ਸਟੋਰੀਜ਼ ਲਿਖੀਆਂ ਸੀਗੀਆਂ, ਜਿਸ ਟਾਈਮ 'ਤੇ ਮੈਂ ਕੇਸ ਸਟੱਡੀਜ਼ ਨੂੰ ਲੋਕਾਂ ਦੇ ਸਾਹਮਣੇ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਸੀ, ਮੇਰਾ ਮਕਸਦ ਸਿਰਫ ਇਹ ਸੀ ਤਾਂ ਕਿ ਮੈਂ ਆਪਣੇ ਲੋਕਾਂ ਨੂੰ ਜਾਗਰਿਤ ਕਰ ਸਕਾਂ ਕਿ ਸਾਡੇ ਸਮਾਜ ਦੇ ਵਿੱਚ ਕੀ ਹੋ ਰਿਹਾ। ਅਤੇ ਖਾਸ ਕਰਕੇ ਜਦੋਂ ਸਾਡੇ ਬੱਚਿਆਂ ਦੀ ਗੱਲ ਆਉਂਦੀ ਹੈ, ਬਹੁਤ ਸਾਰੇ ਲੋਕ ਜਦੋਂ ਮੈਨੂੰ ਕਈ ਵਾਰੀ ਕੋਂਟੈਕਟ ਕਰਦੇ ਹੈਗੇ ਕਿਸੇ ਕਾਰਨ ਕਰਕੇ ਘਰ ਵਿੱਚ ਕੋਈ ਸਮੱਸਿਆ ਹੈ, ਅਤੇ ਬਹੁਤੇ ਲੋਕ ਪੈਸੇ ਕਰਕੇ ਦੁਖੀ ਨਹੀਂ ਹੈ, ਬਹੁਤੇ ਲੋਕ ਕਿਸੇ ਹੋਰ ਚੀਜ਼ ਕਰਕੇ ਦੁਖੀ ਨਹੀਂ ਹੈ, ਆਪਣੀ ਸਿਹਤ ਕਰਕੇ ਵੀ ਇੰਨਾ ਦੁਖੀ ਨਹੀਂ ਹੈ ਜਿੰਨਾ ਉਹ ਦੁਖੀ ਆਪਣੇ ਬੱਚਿਆਂ ਕਰਕੇ ਹੈ। ਉਹ 16-16 ਘੰਟੇ, 12-12 ਘੰਟੇ, 13-13 ਘੰਟੇ ਦੋਨੇ ਤੀਵੀਂ ਆਦਮੀ ਕੰਮ ਕਰਦੇ ਰਹੇ ਤਾਂ ਕਿ ਪਿਛਲੇ ਜਿਹੜੇ ਸਾਡੇ ਭੈਣ ਭਰਾ ਸੀਗੇ ਜਾਂ ਹੋਰ ਮਾਂ ਬਾਪ ਸੀ ਜਾਂ ਕੁਛ ਹੋਰ ਰਿਸ਼ਤੇਦਾਰ ਸੀਗੇ, ਦੋਸਤ ਮਿੱਤਰ ਸੀ, ਉਹਨਾਂ ਦੀ ਮਦਦ ਕਰਦੇ ਰਹੇ ਅਤੇ ਆਪਣੇ ਬੱਚੇ ਜਿਹੜੇ ਸੀ ਉਹਨਾਂ ਵੱਲੋਂ ਪੂਰੀ ਤਰ੍ਹਾਂ ਧਿਆਨ ਨਹੀਂ ਦੇ ਸਕੇ। ਅਤੇ ਕੁਛ ਇੱਥੋਂ ਦੇ ਸਿਸਟਮ ਨੇ ਵੀ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਧੋਖਾ ਦਿੱਤਾ। ਅਤੇ ਇਹ ਜਿਹੜੀਆਂ ਕਹਾਣੀਆਂ ਹੈਗੀਆਂ, ਕੁਛ ਇਹੋ ਜਿਹੀਆਂ ਸਟੋਰੀਜ਼ ਹੈਗੀਆਂ, ਕੁਛ ਇਹੋ ਜਿਹੀਆਂ ਸੱਚੀਆਂ ਗੱਲਾਂ ਹੈਗੀਆਂ ਜਿਹੜੀਆਂ ਕਿ ਤੁਹਾਡੇ ਬੱਚਿਆਂ ਨਾਲ, ਮੇਰੇ ਬੱਚਿਆਂ ਨਾਲ, ਆਪਣੇ ਸਾਰੇ ਬੱਚਿਆਂ ਨਾਲ ਕੰਸਰਨ ਹੈਗੀਆਂ। ਅਤੇ ਜਦੋਂ ਫਿਰ ਮੈਂ ਇਹ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤੀਆਂ ਤਾਂ ਮੈਨੂੰ ਵੀ ਉਸ ਟਾਈਮ 'ਤੇ ਬਹੁਤ ਸਾਰੀਆਂ ਥ੍ਰੈਟ ਵੀ ਆਈਆਂ ਵੀ ਤੇਰੀ ਜੋਬ ਜਾ ਸਕਦੀ ਹੈਗੀ ਆ, ਤੂੰ ਇੱਦਾਂ ਦੀਆਂ ਲਿਖ ਰਿਹਾ ਹੈਗਾ ਸਟੋਰੀਜ਼। ਪਰ ਮੈਂ ਕਿਹਾ ਨਹੀਂ, ਮੈਂ ਇਹ ਸਟੋਰੀਜ਼ ਲਿਖਣੀਆਂ ਹੈਗੀਆਂ, ਇਹ ਇੱਥੇ ਦੇ ਬੜੇ ਯਾਨੀ ਕਿ ਪਾਪੂਲਰ ਪੇਪਰਸ ਦੇ ਵਿੱਚ ਵੀ ਛਪਦੀਆਂ ਰਹੀਆਂ, ਇੰਡੀਆ ਦੇ ਵਿੱਚ ਹੀ ਅਖਬਾਰਾਂ ਵਿੱਚ ਵੀ ਛਪਦੀਆਂ ਰਹੀਆਂ। ਅਤੇ ਇਹਨਾਂ ਦਾ ਰਿਸਪੋਂਸ ਵੀ ਬੜਾ ਜ਼ਬਰਦਸਤ ਮਿਲਦਾ ਰਿਹਾ ਕਿਉਂਕਿ ਸੱਚੀਆਂ ਕਹਾਣੀਆਂ ਸੀਗੀਆਂ। ਅਤੇ ਸਾਡੇ ਬੱਚਿਆਂ ਦਾ ਯਾਨੀ ਕਿ ਜੋ ਖਿਲਵਾੜ ਹੋ ਰਿਹਾ ਸੀ ਉਹਦੇ ਬਾਰੇ ਮੈਨੂੰ ਬਹੁਤ ਬੜਾ ਦਰਦ ਸੀ ਅਤੇ ਅਜੇ ਵੀ ਦਰਦ ਹੈ। ਅਤੇ ਇਸ ਕਰਕੇ ਮੈਂ ਇਹ ਡਿਊਟੀ ਸਮਝਦਾ ਸੀ ਕਿ ਮੈਂ ਲੋਕਾਂ ਸਾਹਮਣੇ ਜ਼ਰੂਰ ਉਹਨਾਂ ਨੂੰ ਪੇਸ਼ ਕਰਾਂ ਤਾਂ ਕਿ ਅਸੀਂ ਜਾਗਰੂਕ ਹੋ ਸਕੀਏ, ਕਿਉਂਕਿ ਸਾਡੇ ਬਹੁਤ ਸਾਰੇ ਜਿਹੜੇ ਅਦਾਰੇ ਹੈਗੇ ਆ ਵਿਦ ਡਿਊ ਰਿਸਪੈਕਟ ਟੂ ਦੈਮ, ਉਹਨਾਂ ਦਾ ਇਹਨਾਂ ਗੱਲਾਂ ਵੱਲ ਕੋਈ ਧਿਆਨ ਨਹੀਂ ਹੈ ਅਤੇ ਨਾ ਹੀ ਇਹਨਾਂ ਬਾਰੇ ਕੋਈ ਉਨਾ ਬੋਧਰ ਕਰਦੇ ਹੈ, ਨਾ ਹੀ ਇਹਨਾਂ ਬਾਰੇ ਕੋਈ ਡਿਸਕਸ਼ਨ ਹੁੰਦੀ ਹੈ ਜਦੋਂ ਕਿ ਬਹੁਤ ਜ਼ਿਆਦਾ ਜ਼ਰੂਰੀ ਮਸਲੇ ਹੁੰਦੇ ਆ। ਅਤੇ ਇਹਨਾਂ ਕਹਾਣੀਆਂ ਦੇ ਵਿੱਚ, ਇਹਨਾਂ ਸਟੋਰੀਜ਼ ਵਿੱਚ, ਇਹਨਾਂ ਕੇਸ ਸਟੱਡੀਜ਼ ਵਿੱਚ ਮੈਂ ਉਹਨਾਂ ਦੇ ਨਾਂ ਵੀ ਜਿਹੜੇ ਸੀਗੇ ਬੱਚੇ ਬੱਚੀਆਂ ਉਹਨਾਂ ਦੇ ਨਾਂ ਵੀ ਚੇਂਜ ਕਰ ਦਿੱਤੇ ਸੀ ਅਤੇ ਉਹਨਾਂ ਦਾ ਥਾਂ ਟਿਕਾਣਾ ਵੀ ਚੇਂਜ ਕਰਤਾ ਸੀ ਤਾਂ ਕਿ ਉਹਨਾਂ ਦੀ ਜਿਹੜੀ ਕੌਨਫੀਡੈਂਸ਼ੀਅਲਿਟੀ ਹੈ ਉਹ ਉਹਨਾਂ ਦੀ ਕਾਇਮ ਰਹਿ ਸਕੇ ਅਤੇ ਉਹ ਬਣੀ ਰਹਿ ਸਕੇ। ਅਤੇ ਇਸ ਗੱਲ ਕਹਿਣ ਵਿੱਚ ਵੀ ਯਾਨੀ ਕਿ ਮੈਨੂੰ ਕੋਈ ਜਿਹੜੀ ਝਿਜਕ ਨਹੀਂ ਹੈ ਕਿ ਸ਼ਾਇਦ ਮੈਂ ਹੀ ਇੱਕ ਇਹੋ ਜਿਹਾ ਸੋਸ਼ਲ ਵਰਕਰ ਸੀ ਜਿਹੜਾ ਕਿ ਬਰਤਾਨੀਆ ਦੇ ਵਿੱਚ ਬਹੁਤ ਸਾਰੇ ਹਜ਼ਾਰਾਂ ਦੀ ਤਾਦਾਦ ਵਿੱਚ ਇੱਥੇ ਸੋਸ਼ਲ ਵਰਕਰਸ ਹੋਣਗੇ ਜਿਹਦੇ ਵਿੱਚ ਇੰਨੀ ਹਿੰਮਤ ਸੀ ਕਿ ਉਹਨਾਂ ਗੱਲਾਂ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰ ਸਕਾਂ। ਨਹੀਂ ਤਾਂ ਲੋਕਾਂ ਨੂੰ ਇਹ ਹੁੰਦਾ ਵੀ ਮੇਰੀ ਜੋਬ ਹੈਗੀ, ਬੜੀ ਟੌਪ ਦੀ ਜੋਬ ਮੇਰੀ ਹੈ, ਸਰਕਾਰੀ ਅਫਸਰ ਹੈਗਾ ਮੈਂ, ਮੈਨੂੰ ਹਰ ਮਹੀਨੇ ਤਨਖਾਹ ਮਿਲਦੀ ਹੈ, ਮੈਨੂੰ ਇਸ ਕੰਮ ਵਿੱਚ ਕੀ ਪੈਣ ਦੀ ਜ਼ਰੂਰਤ ਕੀ ਹੈ। ਪਰ ਜੇ ਇਸ ਇਨਸਾਨ ਦਾ ਲੋਕਾਂ ਲਈ ਦਰਦ ਹੋਵੇ, ਲੋਕਾਂ ਲਈ ਦਿਲ ਹੋਵੇ, ਲੋਕਾਂ ਲਈ ਕੁਛ ਕਰਨਾ ਚਾਹੁੰਦਾ ਹੋਵੇ, ਉਹ ਇਹੋ ਜਿਹਾ ਰਿਸਕ ਲੈਂਦਾ ਹੈਗਾ, ਹੋਰ ਕੋਈ ਇਹੋ ਜਿਹਾ ਰਿਸਕ ਨਹੀਂ ਲੈਂਦਾ ਹੈ।
ਅਤੇ ਨਾ ਹੀ ਮੈਨੂੰ ਕੋਈ ਇਸ ਚੀਜ਼ ਦੀ ਕੋਈ ਰਿਵਾਰਡ ਦੀ ਵੀ ਜ਼ਰੂਰਤ ਸੀਗੀ ਲੇਕਿਨ ਮੈਨੂੰ ਕੋਈ ਰਿਵਾਰਡ ਦਿੱਤਾ ਜਾਵੇ, ਪਰ ਮੈਂ ਆਪਣਾ ਫਰਜ਼ ਸਮਝਦਾ। ਇਸੇ ਕਰਕੇ ਜਿਹੜੀਆਂ ਮੇਰੀਆਂ ਸਾਰੀਆਂ ਕਹਾਣੀਆਂ ਹੁੰਦੀਆਂ, ਮੇਰੀ ਯਾਨੀ ਕਿ ਜਿਹੜੀਆਂ ਗੱਲਾਂ ਹੁੰਦੀਆਂ, ਉਹ ਆਮ ਲੋਕਾਂ ਦੀਆਂ ਗੱਲਾਂ ਹੁੰਦੀਆਂ ਅਤੇ ਉਹ ਆਮ ਲੋਕਾਂ ਦੇ ਮਸਲੇ ਹੁੰਦੇ ਹੈ। ਉਹ ਤੁਹਾਡੇ ਨਾਲ ਵਾਵਸਥਾ ਹੁੰਦੇ, ਮੇਰੇ ਨਾਲ ਵਾਵਸਥਾ ਹੁੰਦੀ ਅਤੇ ਆਪਣੀ ਸੁਸਾਇਟੀ ਨਾਲ ਵਾਵਸਥਾ ਹੁੰਦੇ ਹੈਗੇ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਹੋ ਜਿਹੀਆਂ ਜਦੋਂ ਮੈਂ ਗੱਲਾਂ ਲੈ ਕੇ ਮੂਹਰੇ ਤੁਹਾਡੇ ਆਉਣਾ ਹੈਗਾ ਤਾਂ ਤੁਸੀਂ ਜ਼ਰੂਰ ਆਪਣੇ ਵਿਚਾਰ ਪੇਸ਼ ਕਰੋ। ਨੰਬਰ ਜਿਹੜਾ ਹੈਗਾ ਸਾਡਾ ਉਹ 0300 ਹੈ, 770-2246, 0300-770-2246, ਅਤੇ ਇਹ ਸਕਰੀਨ ਦੇ ਥੱਲੇ ਵੀ ਨੰਬਰ ਜਿਹੜਾ ਉਹ ਆ ਰਿਹਾ ਹੈਗਾ। ਜੇ ਤੁਸੀਂ ਬ੍ਰਿਤਾਨੀਆ ਤੋਂ ਬਾਹਰ ਟੈਲੀਫੋਨ ਕਰ ਰਹੇ ਤਾਂ ਫਿਰ ਤੁਹਾਨੂੰ ਇੰਟਰਨੈਸ਼ਨਲ ਕੋਡ ਲਾਉਣ ਤੋਂ ਬਾਅਦ 44 ਅਤੇ ਉਸ ਤੋਂ ਬਾਅਦ 300-770-2246 ਨੰਬਰ ਘੁਮਾਉਣਾ ਪਊਗਾ। ਅਤੇ ਮੈਂ ਚਾਹੁੰਦਾ ਕਿ ਤੁਸੀਂ ਵੱਧ ਤੋਂ ਵੱਧ ਸ਼ਿਰਕਤ ਕਰੋ ਤਾਂ ਕਿ ਆਪਾਂ ਕੁਛ ਇਹੋ ਜਿਹਾ ਸਲਿਊਸ਼ਨਸ ਵੱਲ ਜਾ ਸਕੀਏ ਕਿ ਇਹਨਾਂ ਬੱਚਿਆਂ ਨੂੰ ਕਿੱਦਾਂ ਆਪਾਂ ਬਚਾਇਆ ਜਾ ਸਕਦਾ, ਕਿੱਦਾਂ ਇਹਨਾਂ ਨੂੰ ਸੇਫ ਕੀਤਾ ਜਾ ਸਕਦਾ ਹੈਗਾ, ਤਾਂ ਕਿ ਆਪਣੀ ਇਹ ਜ਼ਿੰਦਗੀ ਜਿਹੜੀ ਹੈਗੀ ਆ ਉਹਦਾ ਖਿਲਵਾੜ ਨਾ ਕਰਾ ਸਕਣ ਅਤੇ ਆਪਣੀ ਜ਼ਿੰਦਗੀ ਨੂੰ ਬਰਬਾਦ ਨਾ ਕਰ ਸਕਣ ਅਤੇ ਅਸੀਂ ਵੀ ਨਮੋਸ਼ੀ ਨਾਲ ਜ਼ਿੰਦਗੀ ਨਾ ਜੀਏ। ਅਤੇ ਉਹਦਾ ਇਹਨਾਂ ਗੱਲਾਂ ਦਾ ਅਸਰ ਸਿਰਫ ਉਸ ਬੱਚੇ ਜਾਂ ਬੱਚੀ 'ਤੇ ਨਹੀਂ ਹੁੰਦਾ ਹੈਗਾ ਜਾਂ ਉਸ ਮਾਂ ਬਾਪ 'ਤੇ ਨਹੀਂ ਅਸਰ ਹੁੰਦਾ ਹੈਗਾ, ਬਾਕੀ ਦੇ ਭੈਣ ਭਰਾ ਉਹਨਾਂ 'ਤੇ ਵੀ ਜਿਹੜਾ ਇਹਦਾ ਬਹੁਤ ਵੱਡਾ ਅਸਰ ਪੈਂਦਾ। ਅਤੇ ਜਿਹੜੇ ਰਿਸ਼ਤੇਦਾਰ ਹੈਗੇ ਬਹੁਤੇ ਰਿਸ਼ਤੇਦਾਰ ਤੁਹਾਡੇ ਜਾਂ ਕਿਹੜੇ ਸੋ ਕੋਲ ਤੁਹਾਡੇ ਦੋਸਤ ਮਿੱਤਰ ਵੀ ਹੈ, ਉਹ ਵੀ ਤੁਹਾਨੂੰ ਟੀਚਰਾਂ ਟਾਂਚਾਂ ਕਰਦੇ ਹੈਗੇ ਆ, ਤੁਹਾਨੂੰ ਮਿਹਣੇ ਦਿੰਦੇ ਹੈਗੇ ਆ, ਤੁਹਾਨੂੰ ਕਈ ਤਰ੍ਹਾਂ ਨਾਲ ਹੋਰ ਵੀ ਦੁਖੀ ਹੋਇਆਂ ਨੂੰ ਦੁਖੀ ਕਰਦੇ ਹੈਗੇ ਆ। ਅਤੇ ਇਸ ਕਰਕੇ ਇਸ ਸਾਰੇ ਵਰਤਾਰੇ ਵਿੱਚੋਂ ਜਿਹੜਾ ਬੰਦਾ ਨਿਕਲਦਾ ਹੈਗਾ ਉਹਨੂੰ ਪਤਾ ਹੁੰਦਾ ਵੀ ਉਹਦੇ ਨਾਲ ਕੀ ਕੁਛ ਬੀਤ ਰਿਹਾ ਹੈਗਾ ਅਤੇ ਕੀ ਕੁਛ ਯਾਨੀ ਕਿ ਉਹਨਾਂ ਹੋ ਰਿਹਾ। ਅਤੇ ਇਹ ਬਹੁਤ ਜ਼ਰੂਰੀ ਹੈਗਾ ਵੀ ਅਸੀਂ ਉਹਨਾਂ ਨਾਲ ਸਿੰਪਥੀ ਜ਼ਾਹਰ ਕਰ ਸਕੀਏ ਅਤੇ ਉਹਨਾਂ ਨੂੰ ਦੁਖੀ ਹੋਇਆਂ ਨੂੰ ਹੋਰ ਦੁਖੀ ਨਾ ਕਰ ਸਕੀਏ, ਦੁਖੀ ਨਾ ਕਰੀਏ, ਕਿਉਂਕਿ ਤਾਂ ਜਿਹੜੇ ਜ਼ਖਮ ਹੈਗੇ ਉਹਨਾਂ 'ਤੇ ਲੂਣ ਛਿੜਕਣ ਵਾਲੀ ਗੱਲ ਹੁੰਦੀ ਹੈ। ਐਨੀਵੇ ਮੈਂ ਤੁਹਾਡਾ ਟੈਲੀਫੋਨ ਕੋਲਸ ਦੀ ਵੇਟ ਕਰੂੰਗਾ, ਤੁਸੀਂ ਜਦੋਂ ਮੈਂ ਸਟੋਰੀ ਯਾਨੀ ਕਿ ਜਿਹੜਾ ਪੜ੍ਹ ਲੂੰਗਾ ਅਤੇ ਉਸ ਤੋਂ ਬਾਅਦ ਮੈਂ ਤੁਹਾਡਾ ਟੈਲੀਫੋਨ ਕੋਲਸ ਦੀ ਵੇਟ ਕਰੂੰਗਾ ਅਤੇ ਤਾਂ ਕਿ ਆਪਾਂ ਇਹਦੇ ਬਾਰੇ ਜਿਹੜਾ ਡਟ ਕੇ ਜਿਹੜਾ ਹੈਗਾ ਗੱਲਬਾਤ ਕਰ ਸਕੀਏ ਅਤੇ ਕੋਈ ਨਾ ਕੋਈ ਸਲਿਊਸ਼ਨ ਯਾਨੀ ਕਿ ਲੱਭ ਸਕੀਏ। ਅਤੇ ਨਾਲ ਦੀ ਨਾਲ ਜਿਸ ਤਰ੍ਹਾਂ ਮੈਂ ਹਰ ਵਾਰੀ ਤੁਹਾਨੂੰ ਕਹਿੰਦਾ ਹੁੰਦਾ ਕਿ ਸਾਨੂੰ ਕੰਛੀ ਟੈਲੀਵਿਜ਼ਨ ਨੂੰ ਤੁਹਾਡੀ ਮਾਇਕ ਸਹਾਇਤਾ ਦੀ ਜ਼ਰੂਰਤ ਹੈ, ਤੁਸੀਂ ਡਾਇਰੈਕਟ ਡੈਬਿਟ ਲਾ ਸਕਦੇ ਹਾਂ, ਜਾਂ ਕਿ ਘਰ ਵਿੱਚ ਕੋਈ ਖੁਸ਼ੀ ਹੈ ਤੁਸੀਂ ਉਹ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹਾਂ ਅਤੇ ਤਾਂ ਵੀ ਤੁਸੀਂ ਸਾਡਾ ਸੰਪਰਕ ਜ਼ਰੂਰ ਕਰੋ ਇਸ ਨੰਬਰ 'ਤੇ 0300-770-2246। ਅਤੇ ਜਾਂ ਯਾਨੀ ਕਿ ਜੇ ਤੁਹਾਡਾ ਕੋਈ ਬਿਜ਼ਨਸ ਹੈਗਾ ਤੁਸੀਂ ਉਹਦੇ ਲਈ ਵੀ ਸਾਨੂੰ ਇਸੇ ਨੰਬਰ 'ਤੇ ਸੰਪਰਕ ਕਰੋ, ਉਹ ਵੀ ਤੁਹਾਨੂੰ ਅਸੀਂ ਬੜੇ ਕੰਪੈਟਿਵ ਰੇਟਸ 'ਤੇ ਜਿਹੜਾ ਹੈਗਾ ਤੁਹਾਨੂੰ ਐਡਵਰਟਾਈਜ਼ ਅਸੀਂ ਤੁਹਾਡਾ ਬਿਜ਼ਨਸ ਨੂੰ ਕਰ ਸਕਦੇ ਹਾਂ। ਅਤੇ ਮੈਂ ਸਮਝਦਾ ਵੀ ਜੇ ਤੁਸੀਂ ਕਿਸੇ ਪ੍ਰੋਗਰਾਮ ਨੂੰ ਵੀ ਸਪੋਂਸਰ ਕਰਨਾ ਚਾਹੁੰਦੇ ਤਾਂ ਤਾਂ ਵੀ ਯੂ ਆਰ ਮੋਸਟ ਵੈਲਕਮ, ਤੁਸੀਂ ਕਿਸੇ ਵੀ ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕਰ ਸਕਦੇ ਕਿਉਂਕਿ ਅਸੀਂ ਹਰ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਹਾਂ, ਐਂਟਰਟੇਨਮੈਂਟ ਦਾ ਪ੍ਰੋਗਰਾਮ ਵੀ ਕਰਦੇ ਹਾਂ, ਖਬਰਾਂ ਵੀ ਸਾਡੇ ਇੱਥੇ ਆਉਂਦੀਆਂ ਹੈਗੀਆਂ, ਧਾਰਮਿਕ ਪ੍ਰੋਗਰਾਮ ਵੀ ਹੁੰਦੇ ਹੈਗੇ ਆ ਅਤੇ ਜਿਹੜੇ ਤਰਕਸ਼ੀਲ ਪ੍ਰੋਗਰਾਮ ਵੀ ਹੁੰਦੇ ਹੈਗੇ, ਵਿਗਿਆਨਿਕ ਪ੍ਰੋਗਰਾਮ ਵੀ ਹੁੰਦੇ ਆ ਅਤੇ ਸੋਸ਼ਲ ਜਨਤੀ ਪ੍ਰੋਗਰਾਮ ਵੀ, ਸੋਸ਼ਲ ਇਸ਼ੂਜ਼ ਬਾਰੇ ਵੀ ਪ੍ਰੋਗਰਾਮ ਹੁੰਦੇ ਹੈ ਅਤੇ ਹੋਰ ਕਈ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਹੈਗੇ ਆਪਾਂ ਟੈਲੀਵਿਜ਼ਨ 'ਤੇ ਤੁਸੀਂ ਸਾਡੇ ਦੇਖਦੇ ਹੈਗੇ, ਅਸੀਂ ਕਰਦੇ ਹੈਗੇ। ਮੈਂ ਇਹ ਜਿਹੜੀ ਹੈਗੀ ਆ ਸਟੋਰੀ ਸ਼ੁਰੂ ਕਰਦਾ, ਇਹ ਕੇਸ ਸਟੱਡੀ ਜਿਹੜੀ ਕਿ ਕਾਫੀ ਦੇਰ ਪਹਿਲਾਂ ਦੀ ਲਿਖੀ ਹੋਈ ਹੈ ਪਰ ਅਜੇ ਵੀ ਇਹ ਕੇਸ ਲਾਈਵ ਹੈ, ਇੱਕ ਕਿਸਮ ਦੇ ਅਜੇ ਵੀ ਇਹ ਗੱਲਾਂ ਸਾਡੇ ਸਮਾਜ ਵਿੱਚ ਹੁੰਦੀਆਂ ਹੈਗੀਆਂ। ਇਸ ਕੇਸ ਸਟੱਡੀ ਦਾ ਅਤੇ ਇਸ ਸਟੋਰੀ ਦਾ ਯਾਨੀ ਕਿ ਜਿਹੜਾ ਨਾਂ ਹੈਗਾ ਉਹ ਮੈਂ ਰੱਖਿਆ ਸੀ ਛੱਟੀਆਂ ਸਹੇਲੀਆਂ। ਇੱਕ ਦਿਨ ਮੇਰੇ ਗੋਰੇ ਮੈਨੇਜਰ ਮੈਨੂੰ ਦਫ਼ਤਰ ਸੱਦਿਆ ਅਤੇ ਇੱਕ 15 ਵਰਿਆਂ ਦੀ ਕੁੜੀ ਦਾ ਕੇਸ ਮੈਨੂੰ ਸੌਂਪਣਾ ਹੈ। ਮੈਨੇਜਰ ਨੇ ਮੈਨੂੰ ਕੁੜੀ ਦੇ ਕੇਸ ਬਾਰੇ ਦੱਸਣਾ ਸ਼ੁਰੂ ਕਰਤਾ ਤਾਂ ਕਿ ਫਾਈਲ ਪਾਉਣ ਤੋਂ ਪਹਿਲਾਂ ਮੋਟੀ ਮੋਟੀ ਬਾਤਚੀਤ ਕਰਵਾ ਸਕੇ। ਗੋਰੇ ਮੈਨੇਜਰ ਨੇ ਦੱਸਿਆ ਗੁਰਿੰਦਰ ਕੌਰ ਦਾ ਕੇਸ ਸਾਡੇ ਕੋਲ 2 ਸਾਲ ਪਹਿਲਾਂ ਆਇਆ ਸੀ ਜਦ ਇਹਦੇ ਮਾਪਿਆਂ ਇਹਨੂੰ ਬਹੁਤ ਕੁੱਟਿਆ ਸੀ ਕਿ ਇਹ ਸਕੂਲ ਜਾਣ ਦੀ ਬਜਾਏ ਅਵਾਰਾ ਮੁੰਡਿਆਂ ਨਾਲ ਤੁਰੀ ਫਿਰਦੀ ਹੈ, ਕਿਉਂਕਿ ਆਪਣੇ ਦਫ਼ਤਰ ਵਿੱਚ ਉਸ ਵੇਲੇ ਏਸ਼ੀਅਨ ਕਾਮਿਆਂ ਦੀ ਘਾਟ ਸੀ, ਇਸ ਕਰਕੇ ਇਹ ਕੇਸ ਇੱਕ ਗੋਰਾ ਸੋਸ਼ਲ ਵਰਕਰ ਕਰ ਰਿਹਾ ਸੀ।
ਗੁਰਿੰਦਰ ਸਾਨੂੰ ਉਸ ਵੇਲੇ ਕਹਿ ਰਹੀ ਸੀ ਕਿ ਮੈਂ ਵਾਪਸ ਘਰ ਨਹੀਂ ਜਾਣਾ ਅਤੇ ਅਸੀਂ ਉਸ ਨੂੰ ਆਪਣੀ ਹਿਫਾਜ਼ਤ ਵਿੱਚ ਲੈ ਲਿਆ ਸੀ। 4 ਮਹੀਨੇ ਹਿਫਾਜ਼ਤ ਵਿੱਚ ਰੱਖ ਕੇ ਮਾਪਿਆਂ ਦੇ ਜ਼ਿਆਦਾ ਜ਼ੋਰ ਪਾਉਣ ਉੱਤੇ ਅਸੀਂ ਗੁਰਿੰਦਰ ਨੂੰ ਵਾਪਸ ਘਰ ਭੇਜ ਦਿੱਤਾ ਅਤੇ ਕੇਸ ਬੰਦ ਕਰ ਦਿੱਤਾ ਸੀ। ਹੁਣ ਕੱਲ੍ਹ ਉਹ ਫਿਰ ਉਹ ਦਫ਼ਤਰ ਆਈ ਸੀ ਅਤੇ ਕਹਿੰਦੀ ਸੀ ਮੈਨੂੰ ਹਿਫਾਜ਼ਤ ਵਿੱਚ ਲੈ ਲਵੋ, ਮੈਂ ਆਪਣੇ ਘਰ ਨਹੀਂ ਰਹਿਣਾ ਚਾਹੁੰਦੀ ਕਿਉਂਕਿ ਮੇਰਾ ਡੈਡੀ ਅਤੇ ਵੱਡਾ ਭਰਾ ਮੈਨੂੰ ਬਾਹਰ ਨਹੀਂ ਜਾਣ ਦਿੰਦੇ ਅਤੇ ਮਾਰਦੇ ਰਹਿੰਦੇ ਹਨ। ਜਦ ਕੇਸ ਮੇਰੇ ਹਵਾਲੇ ਕਰਤਾ ਗਿਆ ਤਾਂ ਮੈਂ ਸਾਰੀ ਫਾਈਲ ਪੜ੍ਹੀ। ਗੁਰੂ ਸੋਸ਼ਲ ਵਰਕ ਦੀ ਮੂਰਖਤਾ ਮੈਨੂੰ ਨਜ਼ਰ ਆ ਰਹੀ ਸੀ ਕਿ ਜਦੋਂ ਇਸ ਕੇਸ ਦੀ ਅਜੇ ਸ਼ੁਰੂਆਤ ਹੀ ਹੋਈ ਸੀ ਉਹਨੇ ਮਾਪਿਆਂ ਨਾਲ ਇੱਕ ਵਾਰ ਹੀ ਸੰਪਰਕ ਕਰਨ 'ਤੇ ਗੁਰਿੰਦਰ ਨੂੰ ਹਿਫਾਜ਼ਤ ਵਿੱਚ ਲੈ ਲਿਆ ਸੀ। ਏਸ਼ੀਅਨ ਜਵਾਨਾਂ ਅਤੇ ਕਲਚਰ ਤੋਂ ਅਣਜਾਣ ਗੋਰੇ ਗੁਰਿੰਦਰ ਦੇ ਮਾਪਿਆਂ ਦੀ ਇੱਕ ਤਰ੍ਹਾਂ ਤਹਿ ਲਾ ਕੇ ਰੱਖ ਦਿੱਤੀ ਸੀ, ਜਦੋਂ ਕਿ ਉਹਨੂੰ ਚਾਹੀਦਾ ਸੀ ਕਿ ਕਿਸੇ ਏਸ਼ੀਅਨ ਸੋਸ਼ਲ ਵਰਕ ਨਾਲ ਕੇਸ ਬਾਰੇ ਸਲਾਹ ਕਰਕੇ ਮਾਮਲੇ ਨੂੰ ਨਿਪਟਾਉਣ ਦੀ ਕੋਸ਼ਿਸ਼ ਕਰਦਾ। ਪਰ ਚਿੱਟੀ ਚਮੜੀ ਨੂੰ ਕੀ ਚਿੱਟੀ ਪਈ ਆ ਕਿ ਸਾਡੇ ਲਈ ਇਹ ਇੰਨਾ ਤਕਲਫ ਕਰਨ। ਗੁਰਿੰਦਰ ਦਾ ਕੇਸ ਹੁਣ ਕਾਫੀ ਖਰਾਬ ਹੋ ਚੁੱਕਾ ਸੀ। ਉਹ ਪਿਛਲੇ 2 ਸਾਲਾਂ ਵਿੱਚ ਕਈ ਵਾਰ ਗੋਰਿਆਂ ਦੇ ਹੋਸਟਲ ਆਈ ਅਤੇ 2 ਵਾਰੀ ਸੋਸ਼ਲ ਸਰਵਿਸ ਦੀ ਹਿਫਾਜ਼ਤ ਵਿੱਚ ਵੀ ਕਿਸੇ ਹੋਰ ਇਲਾਕੇ ਦੇ ਦਫ਼ਤਰ ਰਾਹੀਂ ਰਹਿ ਚੁੱਕੀ ਸੀ। ਉਸ ਵੇਲੇ ਘਰ ਦਾ ਪਤਾ ਲਿਖਾਉਣ ਦੀ ਬਜਾਏ ਗੁਰਿੰਦਰ ਹੋਸਟਲ ਦਾ ਪਤਾ ਲਿਖਾ ਦਿੰਦੀ ਸੀ ਅਤੇ ਹੋਸਟਲ ਵਾਲੇ ਇਲਾਕੇ ਦਾ ਸੋਸ਼ਲ ਸਰਵਿਸ ਦਫ਼ਤਰ ਗੁਰਿੰਦਰ ਦੇ ਆਖੇ ਲੱਗ ਉਹਦੇ ਰਹਿਣ ਦਾ ਪ੍ਰਬੰਧ ਕਰ ਦਿੰਦਾ ਸੀ। ਕਿਸੇ ਵੀ ਗੁਰੂ ਸੋਸ਼ਲ ਵਰਕ ਨੇ ਕੇਸ ਦੀ ਤਹਿ ਵਿੱਚ ਜਾਣ ਦੀ ਕੋਸ਼ਿਸ਼ ਨਹੀਂ ਸੀ ਕੀਤੀ। ਮਾਪਿਆਂ ਨਾਲ ਸੰਪਰਕ ਨਾ ਹੋਇਆ ਨਾਲ ਦਾ ਹੀ ਹੋਇਆ ਸੀ। ਗੁਰੂ ਸੋਸ਼ਲ ਵਰਕਰ ਨੇ ਸਿਰਫ ਗੁਰਿੰਦਰ ਦੀਆਂ ਹੀ ਝੂਠੀਆਂ ਕਹਾਣੀਆਂ ਸੁਣੀਆਂ ਸਨ ਅਤੇ ਉਹਦੀਆਂ ਗੱਲਾਂ ਦਾ ਅੱਖਰ ਅੱਖਰ ਸੱਚ ਮੰਨ ਲਿਆ ਸੀ। ਇਹੋ ਜਿਹਾ ਡਰਾਮਾ ਸਾਡੇ ਨਾਲ ਇੱਥੇ ਨੈਥ ਹੁੰਦਾ ਰਹਿੰਦਾ ਹੈ। ਸੋਸ਼ਲ ਵਰਕਰ ਦੀ ਪੂਰਾ ਸਮਾਂ 2 ਸਾਲ ਦੀ ਪੜ੍ਹਾਈ ਵਿੱਚ ਇਹ ਇੱਕ ਦਿਨ ਵੀ ਕਾਲਿਆਂ ਦੇ ਕਲਚਰ ਬਾਰੇ ਨਹੀਂ ਦੱਸਦੇ ਅਤੇ ਨਸਲਵਾਦ ਵਰਗੇ ਕੋਲ ਨੂੰ ਨੰਗਿਆਂ ਕਰਨ ਲਈ 2 ਸਾਲਾਂ ਵਿੱਚ 2 ਘੰਟੇ ਲਾਉਂਦੇ ਹਨ, ਜਦੋਂ ਕਿ ਇਹ ਬਰਤਾਨਵੀ ਸਮਾਜ ਨੂੰ ਬਹੁਤ ਸੱਭਿਅਕ ਅਤੇ ਬਹੁਤ ਨਸਲੀ ਸਮਾਜ ਕਹਿੰਦੇ ਹਨ। ਹਰ ਸਾਲ ਹਜ਼ਾਰਾਂ ਦੀ ਤਾਦਾਦ ਵਿੱਚ ਕੁਆਲੀਫਾਈਡ ਸੋਸ਼ਲ ਵਰਕਰ ਪੈਦਾ ਕੀਤੇ ਜਾਂਦੇ ਹਨ ਅਤੇ ਉਹ ਇਸ ਕਥਿਤ ਬਹੁਤ ਸੱਭਿਅਕ ਬਹੁਤ ਨਸਲੀ ਸਮਾਜ ਵਿੱਚ ਗੈਰ ਗੋਰਿਆਂ ਨਾਲ ਕੰਮ ਕਰਦੇ ਹਨ। ਸਾਲ 1982 ਵਿੱਚ ਜਦ ਮੈਂ ਇਹ ਕੋਰਸ ਸ਼ੁਰੂ ਕੀਤਾ ਤਾਂ ਮੇਰੀ ਕਲਾਸ ਵਿੱਚ 79 ਵਿਦਿਆਰਥੀ ਵਿਦਿਆਰਥਣਾਂ ਸਨ ਅਤੇ ਮੈਂ 1.25 ਲੱਖ ਏਸ਼ੀਅਨ ਸਾਂ। ਜਿੰਨਾ ਕੁ ਖੌਰੂ ਮੈਂ ਪਾ ਸਕਦਾ ਸੀ ਪਾਇਆ ਅਤੇ ਜਿਸ ਦਿਨ ਨਤੀਜਾ ਹੋਇਆ ਕਿ ਕਾਲਜ ਵਾਲਿਆਂ ਇੱਕ ਦਿਨ ਨਸਲਵਾਦ ਬਾਰੇ ਗੱਲਬਾਤ ਲਈ ਨਿਸ਼ਚਿਤ ਕਰ ਲਿਆ। ਮੈਂ ਦੇਖ ਕੇ ਹੈਰਾਨ ਹੋ ਗਿਆ ਕਿ ਉਸ ਦਿਨ 79 ਪੜਾਕੂਆਂ ਵਿੱਚੋਂ ਸਮੇਤ ਮੇਰੇ 20 ਹਾਜ਼ਰ ਸਨ ਅਤੇ ਇਹਨਾਂ 'ਚੋਂ ਵੀ ਦੁਪਹਿਰੋਂ ਬਾਅਦ ਅੱਧੇ ਘਰ ਵਾਪਸ ਚਲੇ ਗਏ। ਗੋਰਿਆਂ ਦੀਆਂ ਦਲੀਲਾਂ ਆਪਾਂ ਵਿਰੋਧੀ ਹਨ। ਇੱਕ ਪਾਸੇ ਤਾਂ ਇਹ ਪਿੱਟਦੇ ਹਨ ਕਿ ਏਸ਼ੀਆ ਸਾਡਾ ਮੁਲਕ ਭਰ ਦਿੱਤਾ ਹੈ ਅਤੇ ਇਹਨਾਂ ਨੂੰ ਆਉਣ ਤੋਂ ਰੋਕਿਆ ਜਾਵੇ। ਦੂਜੇ ਪਾਸੇ ਜਦ ਕਿਸੇ ਲੋੜ ਦੀ ਗੱਲ ਹੁੰਦੀ ਹੈ ਉਹਨਾਂ ਦੀਆਂ ਜ਼ਰੂਰਤਾਂ ਵੱਲ ਖਿਆਲ ਨਹੀਂ ਕੀਤਾ ਜਾਂਦਾ। ਗੋਰੇ ਕਹਿੰਦੇ ਹਨ ਇਹ ਕਾਹਦਾ ਰੌਲਾ ਪਾ ਰਹੇ ਹਨ, ਇਹਨਾਂ ਦੀ ਗਿਣਤੀ ਦਾ ਮਸੀਂ 3% ਹੈ। ਇਹਨਾਂ ਦੇ ਨਸਲਵਾਦ ਦਾ ਕੁਹਾੜਾ ਹਰ ਮਹਿਕਮੇ ਅਦਾਰੇ ਅਤੇ ਹਰ ਥਾਂ ਕਾਲਿਆਂ ਨੂੰ ਵੱਢਦਾ ਹੈ। ਮੈਨੂੰ ਉਹਨਾਂ ਏਸ਼ੀਆ ਦੀ ਅਕਲ 'ਤੇ ਤਰਸ ਆਉਂਦਾ ਹੈ ਜੋ ਗੋਰਿਆਂ ਦੀਆਂ ਖੋਖਲੀਆਂ ਦਲੀਲਾਂ ਨਾਲ ਸਹਿਮਤ ਹੋ ਜਾਂਦੇ ਹਨ ਅਤੇ ਇਹਨਾਂ ਦੀ ਬੋਲੀ ਬੋਲਦੇ ਹਨ। ਮੈਂ ਉਹਨਾਂ ਕੋਕੋਨਟ ਏਸ਼ੀਆ ਨੂੰ ਨਸਲਵਾਦੀ ਗੋਰਿਆਂ ਨਾਲ ਵੀ ਖਤਰਨਾਕ ਸਮਝਦਾ ਹਾਂ ਜੋ ਚਮੜੀ ਵੱਲੋਂ ਤਾਂ ਭਾਵੇਂ ਭੂਰੇ ਜਾਂ ਕਾਲੇ ਹਨ ਪਰ ਅੰਦਰੋਂ ਚਿੱਟੇ ਬਣੇ ਪਏ ਹਨ। ਜਿਸ ਤਰ੍ਹਾਂ ਇੰਡੀਆ 'ਤੇ ਰਾਜ ਕਰਨ ਵੇਲੇ ਇਹਨਾਂ ਜੈਲਦਾਰ ਅਤੇ ਜਗੀਰਦਾਰ ਪੈਦਾ ਕੀਤੇ ਸਨ, ਇਸੇ ਤਰ੍ਹਾਂ ਹੀ ਇੱਥੇ ਵੀ ਕਿਸੇ ਕੋਕੋਨਟ ਨੂੰ ਇੱਕ ਅੱਧੀ ਨੌਕਰੀ ਦੇ ਕੇ ਆਪਣੇ ਆਪ ਨੂੰ ਇਨਸਾਫ ਦੇ ਅਲੰਬਰਦਾਰ ਕਹਾਉਣ ਲੱਗ ਪੈਂਦੇ ਹਨ। ਉਹਨਾਂ ਬੇਹਿਆ ਅਤੇ ਜ਼ਮੀਰ ਮਾਰ ਚੁੱਕੇ ਏਸ਼ੀਆ ਦੀ ਇੱਥੇ ਗਿਣਤੀ ਕੋਈ ਥੋੜ੍ਹੀ ਨਹੀਂ ਹੈ ਜੋ ਹਸਪਤਾਲਾਂ, ਡਾਕਖਾਨਿਆਂ, ਬੈਂਕਾਂ ਅਤੇ ਕਈ ਹੋਰ ਸਰਕਾਰੀ ਗੈਰ ਸਰਕਾਰੀ ਮਹਿਕਮਿਆਂ ਵਿੱਚ ਕੰਮ ਕਰਦੇ ਹਨ ਅਤੇ ਏਸ਼ੀਅਨ ਜਵਾਨਾਂ ਜਾਣਦੇ ਹੋਣ ਦੇ ਬਾਵਜੂਦ ਅੰਗਰੇਜ਼ੀ ਨਾ ਜਾਣਨ ਵਾਲੇ ਏਸ਼ੀਆ ਨਾਲ ਅਸਭਿਅਕ ਵਰਤਾਵ ਕਰਦੇ ਹਨ ਕਿ ਮੈਨੂੰ ਤੇਰੀ ਜਵਾਨ ਨਹੀਂ ਆਉਂਦੀ।
ਇਹ ਉਹਨਾਂ ਕੋਕੋਨਟਾਂ ਦੀ ਹੀ ਮਿਹਰਬਾਨੀ ਹੈ ਕਿ ਸਾਡੀ ਆਵਾਜ਼ ਗੋਰਿਆਂ ਦੇ ਕੰਨਾਂ ਤੱਕ ਨਹੀਂ ਪਹੁੰਚਦੀ। ਮੇਰਾ ਵਿਸ਼ਵਾਸ ਹੈ ਅਗਰ ਹੀਥਰੋ ਏਅਰਪੋਰਟ 'ਤੇ ਕਿਸੇ ਕੋਕੋਨਟ ਏਸ਼ੀਅਨ ਨੂੰ ਇਮੀਗ੍ਰੇਸ਼ਨ ਅਫਸਰ ਦੀ ਨੌਕਰੀ ਦੇ ਦਿੱਤੀ ਜਾਵੇ ਤਾਂ ਉਹ ਨਸਲਵਾਦੀ ਗੋਰੇ ਨਾਲੋਂ ਕਾਲਿਆਂ ਨੂੰ ਜ਼ਿਆਦਾ ਤੰਗ ਕਰੇਗਾ। ਮੇਰਾ ਇਹ ਵੀ ਵਿਸ਼ਵਾਸ ਹੈ ਅਗਰ ਬਾਜ਼ਾਰ ਵਿੱਚ ਕੋਈ ਇਹੋ ਜਿਹਾ ਰਸਾਇਣਿਕ ਪਦਾਰਥ ਮਿਲਦਾ ਹੋਵੇ ਜਿਹਦੇ ਨਾਲ ਇਹਨਾਂ ਕੋਕੋਨਟਾਂ ਦੇ ਚੰਮ ਦਾ ਰੰਗ ਅੰਗਰੇਜ਼ਾਂ ਵਰਗਾ ਹੋ ਸਕੇ ਤਾਂ ਲੱਖਾਂ ਦੀ ਤਾਦਾਦ ਵਿੱਚ ਕਾਲੇ ਇਹਦਾ ਇਸਤੇਮਾਲ ਕਰਨਗੇ। ਇਹੀ ਕਾਰਨ ਹੈ ਕਿ ਕਈ ਏਸ਼ੀਅਨ ਸਫ ਐਲਨ, ਬਾਰਬਰਾ ਕੋਰ, ਪੀਟਰ ਸਿੰਘ, ਕਿਨ ਕੁਮਾਰ ਅਤੇ ਹੋ ਅਤੇ ਬੌਬ ਲਾਲ ਆਦਿ ਬਣ ਗਏ ਹਨ ਅਤੇ ਬਣ ਰਹੇ ਹਨ। ਕੀ ਕਦੇ ਇਹਨਾਂ ਮੁਰਦਾ ਲੋਕਾਂ ਨੇ ਇਹ ਵੀ ਸੋਚਿਆ ਹੈ, ਮੁਰਦਾ ਜ਼ਮੀਰਾਂ ਨੇ ਇਹ ਵੀ ਸੋਚਿਆ ਹੈ ਕਿ ਕਿੰਨੇ ਗੋਰੀਆਂ ਗੋਰੀਆਂ ਨੇ ਸਾਡੇ ਏਸ਼ੀਅਨ ਨਾਂ ਰੱਖੇ ਹਨ। ਗੋਰੇ ਗੋਰੀਆਂ ਦੇ ਅਗਰ ਤੁਸੀਂ ਨਾਂ ਗਲਤ ਲਿਖ ਦਿਓ ਜਾਂ ਕਹਿ ਦਿਓ ਤਾਂ ਉਹ ਸੰਘੀ ਫਣ ਤੱਕ ਜਾਂਦੇ ਹਨ, ਪਰ ਅਸੀਂ ਤਾਂ ਆਪਣੇ ਗੋਤ ਵੀ ਗੋਰਿਆਂ ਵਾਲੇ ਬਣਾ ਰਹੇ ਹਾਂ। ਮੈਂ ਇੱਕ ਪਦਵੰਤ ਸੱਜਣ ਦਾ ਵਾਕਫ ਹਾਂ ਜਿਸ ਨੇ ਸਰਕਾਰੀ ਤੌਰ 'ਤੇ ਆਪਣਾ ਗੋਤ ਕੰਗ ਤੋਂ ਕਿੰਗ ਕਰਵਾਇਆ ਹੋਇਆ ਹੈ। ਮੈਨੂੰ ਲੱਗਦਾ ਹੈ ਉਹ ਹਰ ਪਲ ਆਪਣੇ ਰੱਬ ਨੂੰ ਗਾਲਾਂ ਕੱਢਦੇ ਹੋਣਗੇ, ਹਾਏ ਉਹ ਰੱਬਾ ਮੇਰਿਆ ਮੈਨੂੰ ਗੋਰੀ ਦੇ ਪੇਟੋਂ ਕਿਉਂ ਨਾ ਜਨਮ ਦਿੱਤਾ। ਫਾਈਲ ਪਾਉਣ ਬਾਅਦ ਮੈਂ ਭਰਿਆ ਪੀਤਾ ਮੈਨੇਜਰ ਦੇ ਦਫ਼ਤਰ ਜਾ ਪਹੁੰਚਾ ਕਿ ਕੇਸ ਬਾਰੇ ਗੱਲ ਕਰਨੀ ਹੈ। ਮੈਨੇਜਰ ਨੂੰ ਮੈਂ ਟੁੱਟ ਕੇ ਪੈ ਗਿਆ, ਹੁਣ ਇਸ ਕੇਸ ਵਿੱਚ ਕਰਨ ਵਾਲਾ ਕੰਮ ਹੀ ਕੀ ਰਹਿ ਗਿਆ ਹੈ? ਤੁਸੀਂ ਵਰਿੰਦਰ ਨੂੰ ਪਹਿਲਾਂ ਹਿਫਾਜ਼ਤ ਵਿੱਚ ਹੀ ਕਿਉਂ ਲਿਆ? ਉਸ ਵੇਲੇ ਉਹਦੇ ਮਾਪਿਆਂ ਨਾਲ ਗੱਲ ਨਿਪਟਾਉਣ ਦੀ ਕੋਸ਼ਿਸ਼ ਕਿਉਂ ਨਾ ਕੀਤੀ? ਵਰਿੰਦਰ ਨੂੰ ਹੁਣ ਸਿੱਧੇ ਰਾਹ ਪਾਉਣਾ ਇੰਨਾ ਆਸਾਨ ਕੰਮ ਨਹੀਂ। ਮੈਂ ਇਸ ਕੇਸ 'ਤੇ ਕੀਤੇ ਕੰਮ ਤੋਂ ਬਿਲਕੁਲ ਖੁਸ਼ ਨਹੀਂ ਹਾਂ, ਮੈਂ ਗੁੱਸੇ ਵਿੱਚ ਬੋਲੀ ਜਾ ਰਿਹਾ ਸਾਂ। ਮੈਨੇਜਰ ਨੇ ਮੈਨੂੰ ਇਹ ਕਹਿ ਕੇ ਚੁੱਪ ਕਰਾ ਦਿੱਤਾ ਕਿ ਜੋ ਕੁਝ ਵੀ ਪਹਿਲਾਂ ਹੋ ਗਿਆ ਮੈਨੂੰ ਬੇਹੱਦ ਅਫਸੋਸ ਹੈ ਅਤੇ ਮੈਂ ਸਾਰੇ ਕੇਸ ਲਈ ਮਾਫ਼ੀ ਮੰਗਦਾ ਹਾਂ, ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਹੁਣ ਇਹਦਾ ਕਰੀਏ ਕੀ? ਮੈਂ ਵਰਿੰਦਰ, ਉਹਦੇ ਭਰਾ ਅਤੇ ਮਾਪਿਆਂ ਨੂੰ ਮਿਲ ਕੇ ਦੇਖਦਾ ਹਾਂ ਕਿ ਉਹ ਕੀ ਕਹਿੰਦੇ ਹਨ। ਅੱਧ ਗੁੱਸੇ ਵਿੱਚ ਜਵਾਬ ਦੇ ਮੈਂ ਮੈਨੇਜਰ ਦੇ ਦਫ਼ਤਰੋਂ ਬਾਹਰ ਆਪਣੇ ਕਮਰੇ ਵਿੱਚ ਆ ਗਿਆ ਸਾਂ। ਵਰਿੰਦਰ ਦੇ ਘਰ ਫੋਨ ਕੀਤਾ ਤਾਂ ਉਹਦੀ ਮਾਂ ਬੋਲੀ, ਤੂੰ ਅੱਗੇ ਕਿੱਥੇ ਗਿਆ ਸੀ? ਸਾਡਾ ਸੋਸ਼ਲ ਵਰਕਰ ਨੇ ਅੱਗੇ ਕੀ ਭਲਾ ਕੀਤਾ? ਜਦੋਂ ਦੇ ਅਸੀਂ ਇਹਨਾਂ ਦੇ ਬੱਸ ਪਏ ਹਾਂ ਸਾਡੀ ਕੁੜੀ ਜ਼ਿਆਦਾ ਵਿਗੜ ਗਈ ਹੈ, ਤੁਸੀਂ ਹੀ ਉਹਨੂੰ ਭੂਏ ਕੀਤਾ, ਸਾਡੀ ਤਾਂ ਉਹ ਗੱਲ ਹੀ ਨਹੀਂ ਸੁਣਦੀ। ਮੈਂ ਵਰਿੰਦਰ ਦੀ ਮਾਂ ਨੂੰ ਇਹ ਕਹਿ ਚੁੱਪ ਕਰਵਾ ਦਿੱਤਾ ਕਿ ਇਹੋ ਜਿਹੀਆਂ ਗੱਲਾਂ ਫੋਨ 'ਤੇ ਨਹੀਂ ਹੁੰਦੀਆਂ, ਮੈਂ ਹੁਣੇ ਘਰ ਆ ਕੇ ਸਾਰੀ ਗੱਲ ਕਰਦਾ ਹਾਂ। ਵਰਿੰਦਰ ਦੇ ਘਰ ਜਾ ਕੇ ਜਦ ਮੈਂ ਉਹਦੀ ਮਾਂ ਨਾਲ ਇਕੱਲਿਆਂ ਗੱਲ ਕੀਤੀ ਤਾਂ ਉਹ ਮੇਰੇ ਉੱਤੇ ਯਕੀਨ ਨਹੀਂ ਸੀ ਕਰ ਰਹੀ ਕਿ ਮੈਂ ਉਹਨਾਂ ਦਾ ਹਿਤੂ ਹਾਂ, ਦੁਖੀ ਨਹੀਂ। ਮੈਂ ਉਹਨੂੰ ਆਪਣੀ ਸਫਾਈਆਂ ਦੇ ਰਿਹਾ ਸੀ ਕਿ ਮੈਂ ਤਾਂ ਅਜੇ ਥੋੜ੍ਹੀ ਦੇਰ ਹੀ ਹੋਈ ਹੈ ਇਸ ਦਫ਼ਤਰ ਵਿੱਚ ਕੰਮ ਸ਼ੁਰੂ ਕੀਤਾ ਹੈ ਅਤੇ ਉਹਨਾਂ ਨਾਲ ਜੋ ਵੀ ਹੋਇਆ ਹੈ ਮੈਨੂੰ ਉਹਦਾ ਤਹਿ ਦਿਲੋਂ ਅਫਸੋਸ ਹੈ। ਤਕਰੀਬਨ ਅੱਧੇ ਘੰਟੇ ਦੀ ਘੋਖ ਪੜਤਾਲ ਬਾਅਦ ਜਦ ਵਰਿੰਦਰ ਦੀ ਮਾਂ ਨੂੰ ਮੇਰੇ 'ਤੇ ਕੁਝ ਯਕੀਨ ਹੋ ਗਿਆ ਤਾਂ ਉਹਨੇ ਦੱਸਣਾ ਸ਼ੁਰੂ ਕੀਤਾ, ਕਾਕਾ ਤੂੰ ਵੀ ਮੇਰੇ ਪੁੱਤਾਂ ਵਰਗਾ ਆ, ਭਲਾ ਦੱਸ ਇਹ ਗੱਲਾਂ ਕੁੜੀਆਂ ਨੂੰ ਛੂਬਦੀਆਂ ਨੇ ਅਤੇ ਘਰੋਂ ਦਾ ਸਕੂਲੇ ਜਾਣ ਅਤੇ ਰਹਿਣ ਬਾਹਰ ਤੁਰੀਆਂ ਫਿਰਦੀਆਂ, ਇਹਨੂੰ ਇਸੇ ਉਮਰੇ ਲਿਪਸਟਿਕਾਂ, ਕਲਿੱਪਾਂ ਅਤੇ ਅਤਰਫਿਲਾਂ ਦੀ ਕੀ ਜ਼ਰੂਰਤ ਆ? ਇਹਦਾ ਬੈਗ ਇਹੋ ਜਿਹੀ ਖੇਹ ਸੁਆਹ ਨਾਲ ਭਰਿਆ ਪਿਆ, ਹੁਣ ਇਹ ਹਰੇ ਗੁਲਾਬੀ ਵਾਲੀ ਰੰਗ ਹੁਣ ਇਹ ਹਰੇ ਗੁਲਾਬੀ ਵਾਲ ਰੰਗੀ ਫਿਰਦੀ ਆ, ਸਾਡੇ ਨਾਲ ਸਦਾ ਬੱਠੀ ਰਹਿੰਦੀ ਆ, ਕਦੇ ਸਿੱਧੇ ਮੂੰਹ ਬੰਦਿਆਂ ਵਾਂਗ ਗੱਲ ਨਹੀਂ ਕਰਦੀ, ਇਹ ਕੋਈ ਧੀਆਂ ਭੈਣਾਂ ਦੇ ਚਾਲੇ ਆ? ਪਿਛਲੇ ਹਫ਼ਤੇ ਦੀ ਗੱਲ ਆ, ਜਦ ਇਹਦੇ ਭਰਾ ਨੇ ਪੁੱਛਿਆ ਕਿ ਸਕੂਲੇ ਕਿਉਂ ਨਹੀਂ ਗਈ ਜਦੋਂ ਕਿ ਘਰੋਂ ਸਵੇਰ ਦੀ ਦਫ਼ਾ ਹੋਈ ਹੋਈ ਸੀ, ਤਾਂ ਉਹਨੂੰ ਅੰਗਰੇਜ਼ੀ ਵਿੱਚ ਗਾਲਾਂ ਕੱਢਣ ਲੱਗ ਪਈ, ਭਰਾ ਨੇ 2 ਲਾ ਦਿੱਤੀਆਂ ਤਾਂ ਕਹਿੰਦੀ ਮੈਂ ਘਰ ਛੱਡ ਜਾਣਾ, ਇਹਦੇ ਰੋਜ਼ ਰੋਜ਼ ਦੇ ਕਲੇਸ਼ ਨੇ ਸਾਨੂੰ ਲੈ ਲੈਣਾ, ਮੈਂ ਤਾਂ ਇਸੇ ਦੁੱਖੋਂ ਕੰਮ ਵੀ ਛੱਡ ਦਿੱਤਾ ਹੈ, ਮੈਨੂੰ ਤਾਂ ਘਰੋਂ ਬਾਹਰ ਨਿਕਲਦਿਆਂ ਸ਼ਰਮ ਆਉਂਦੀ ਹੈ, ਸਮਝਾ ਕੇ ਮੈਂ ਤਾਂ ਅੱਕ ਗਈ ਹਾਂ, ਮੂੰਹੋਂ ਗੱਲ ਬਾਅਦ ਵਿੱਚ ਕੱਢਦੀ ਆ, ਅਸੀਂ ਇਹਦੀ ਹਰ ਫਰਮਾਇਸ਼ ਪਹਿਲਾਂ ਹੀ ਪੂਰੀ ਕਰਦੇ ਹਾਂ, ਕਿਸੇ ਤਰ੍ਹਾਂ ਦੀ ਨਿਆਣਿਆਂ ਨੂੰ ਤੰਗੀ ਨਹੀਂ ਰਹਿਣ ਦੇਈਦੀ। ਇਹਦਾ ਪਿਓ ਰੋਜ਼ ਦੇ 12-12 ਘੰਟੇ ਕੰਮ ਕਰਦਾ ਹੈ, ਉਹ ਵੀ ਹੁਣ ਦੁਖੀ ਹੋਇਆ ਪਿਆ ਹੈ ਕਿ ਮੈਂ ਕਾਹਤੋਂ ਟੁੱਟ ਮਰਾਂ ਜਦਕਿ ਮੇਰੀ ਔਲਾਦ ਹੀ ਕਹਿਣੇ ਵਿੱਚ ਨਹੀਂ ਹੈ। ਬਾਕੀ ਦੇ ਨਿਆਣਿਆਂ ਦਾ ਕੀ ਹਾਲ ਹੈ? ਮੈਂ ਪੁੱਛਿਆ।
ਬਾਕੀ ਤਾਂ ਬੜੇ ਸੋਹਣੇ ਆ, ਇਹਨੂੰ ਪਤਾ ਨਹੀਂ ਕੀ ਚਿੰਬੜ ਗਿਆ। ਪਹਿਲਾਂ ਬੜੀ ਚੰਗੀ ਭਲੀ ਸੀ, ਆਹ 2 ਸਾਲਾਂ ਤੋਂ ਹੀ ਇਹਦੇ ਚਾਲੇ ਵਿਗੜ ਗਏ ਆ। ਹੁਣ ਦੇਖ ਲਿਆ ਇਹਦੀ ਵੱਡੀ ਭੈਣ ਆ, 1 ਨੰਬਰ ਦੀ ਭਲੀ ਮਾਨਸ ਕੁੜੀ ਆ, ਟਾਈਮ ਸਿਰ ਕੰਮ 'ਤੇ ਜਾਂਦੀ ਆ, ਟਾਈਮ ਸਿਰ ਵਾਪਸ ਆਉਂਦੀ ਆ, ਕਾਰ ਉਹਦੇ ਕੋਲ ਆ, ਬਾਕੀ ਦੇ ਨਿਆਣਿਆਂ ਦੀ ਸਾਨੂੰ ਕੋਈ ਸ਼ਿਕਾਇਤ ਨਹੀਂ। ਗੁਰਿੰਦਰ ਹੁਣ ਕਿੱਥੇ ਆ? ਮੈਂ ਸਵਾਲ ਕੀਤਾ, ਘਰੋਂ ਪੜ੍ਹਨ ਗਈ ਆ, ਕੀ ਪਤਾ ਕਿੱਥੇ ਤੁਰੀ ਫਿਰਦੀ ਹੋਣੀ ਆ। ਮੇਰਾ ਤਾਂ ਸੋਚ ਸੋਚ ਸਿਰ ਖਾਲੀ ਹੋ ਗਿਆ। ਇਹ ਕਹਿ ਮੈਂ ਵਾਪਸ ਦਫ਼ਤਰ ਆ ਗਿਆ ਅਤੇ ਮੈਂ ਗੁਰਿੰਦਰ ਦੇ ਡੈਡੀ ਨੂੰ ਮਿਲਣ ਸ਼ਾਮ ਵੇਲੇ ਆਵਾਂਗਾ। ਮਿੱਥੇ ਸਮੇਂ ਦੇ ਜਦ ਮੈਂ ਗੁਰਿੰਦਰ ਦੇ ਡੈਡੀ ਨੂੰ ਮਿਲਿਆ ਤਾਂ ਉਹਨੇ ਆਪਣੀਆਂ ਸ਼ਿਕਾਇਤਾਂ ਦੱਸਣੀਆਂ ਸ਼ੁਰੂ ਕਰ ਦਿੱਤੀਆਂ। ਗੁਰਿੰਦਰ ਨੂੰ ਪਤਾ ਨਹੀਂ ਕੀ ਮਾਰ ਵੱਗ ਗਈ ਆ, ਨਵੇਂ ਨਵੇਂ ਫੈਸ਼ਨ ਕਰਦੀ ਆ, ਮੂੰਹ ਸਿਰ ਕਾਲਾ ਪੀਲਾ ਕਰੀ ਫਿਰਦੀ ਆ, ਇਹੋ ਜਿਹਾ ਜਿਹੋ ਜਿਹਾ ਇਹ ਕੱਪੜੇ ਪਾਉਂਦੀ ਆ ਉਹ ਆਪਣੀਆਂ ਕੁੜੀਆਂ ਨੂੰ ਨਹੀਂ ਸ਼ੋਭਦੇ। ਘਰ ਵਿੱਚ ਇਹਦੀ ਕਿਸੇ ਨਾਲ ਨਹੀਂ ਬਣਦੀ, ਘਰ ਦਾ ਕੋਈ ਕੰਮ ਨਹੀਂ ਕਰਕੇ ਰਾਜੀ। ਹੁਣ ਰੋਜ਼ ਸਾਨੂੰ ਡਰਾਵੇ ਦਿੰਦੀ ਆ ਕਿ ਮੈਂ ਘਰੋਂ ਚਲੇ ਜਾਣਾ ਅਤੇ ਸੋਸ਼ਲ ਸਰਵਿਸ ਕੋਲ ਰਹਿਣ ਲੱਗ ਪੈਣਾ। ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿ ਇਹਦਾ ਕੀ ਇਲਾਜ ਕਰਾਂ। ਮੈਂ ਤਾਂ ਸਾਰੇ ਤਰੀਕੇ ਵਰਤ ਚੁੱਕਾ, ਪਿਆਰ ਨਾਲ ਵੀ ਅਤੇ ਕੁੱਟ ਮਾਰ ਕੇ ਵੀ ਸਮਝਾ ਚੁੱਕਾ ਹਾਂ, ਪਰ ਇਹ ਟੱਸ ਤੋਂ ਮਸ ਨਹੀਂ ਹੁੰਦੀ। ਮੈਂ ਤੈਨੂੰ ਇਹ ਵੀ ਪੁੱਛ ਹਾਰ ਚੁੱਕਿਆ ਕਿ ਜੇਕਰ ਤੈਨੂੰ ਵਿਆਹ ਦੀ ਕਾਹਲ ਆ ਤਾਂ ਵਿਆਹ ਕਰ ਦਿੰਦੇ ਹਾਂ, ਪਰ ਕੁਛ ਵੀ ਨਹੀਂ ਮੰਨਦੀ। ਇਹਦੀਆਂ ਸਹੇਲੀਆਂ ਕੌਣ ਕੌਣ ਹਨ? ਮੈਂ ਪੁੱਛਿਆ। ਸਹੇਲੀਆਂ ਨੇ ਤਾਂ ਸਾਰੇ ਪੌੜੇ ਪਾਏ ਆ, ਆਹ ਸਾਥੋਂ ਇੱਕ ਸਟਰੀਟ ਛੱਡ ਕੇ ਗੋਰੀ ਰਹਿੰਦੀ ਆ, ਉਹਦੇ ਇੱਕ ਕੁੜੀ ਆ, ਬਸ ਉਹਦੇ ਨਾਲ ਹੀ ਜ਼ਿਆਦਾ ਗੁੱਡੀ ਜੋੜ ਹੈ। ਕਈ ਵਾਰ ਉਹਦੇ ਘਰ ਜਾ ਕੇ ਰਾਤਾਂ ਵੀ ਰਹਿ ਆਈ ਆ। ਉਹ ਗੋਰੀ ਠੀਕ ਔਰਤ ਨਹੀਂ, ਛੜੀ ਛਾਂਟ ਰਿਹਾ ਅਤੇ ਹੁਣ ਜਮੀਕਾ ਘਰ ਰੱਖਿਆ। ਪਹਿਲਾਂ ਇਹ ਗੋਰਾ ਹੁੰਦਾ ਸੀ, ਇਹਦੇ ਕੋਲ ਆਪਣੇ ਮੁੰਡੇ ਵੀ ਆਉਂਦੇ ਆ। ਗੋਰੀ ਨਾਲ ਅਸੀਂ ਕਈ ਵਾਰ ਲੜ ਚੁੱਕੇ ਹਾਂ। ਉਹ ਮੂਹਰਿਓਂ ਕਹਿ ਦਿੰਦੀ ਆ ਇਹ ਫ੍ਰੀ ਕੰਟਰੀ ਆ, ਇੰਡੀਆ ਨਹੀਂ। ਤੁਸੀਂ ਗੁਰਿੰਦਰ ਨੂੰ ਮਾਰਦੇ ਕੁੱਟਦੇ ਹੋ, ਮੈਂ ਪੁਲਿਸ ਕੋਲ ਸ਼ਿਕਾਇਤ ਕਰ ਦੇਣੀ ਆ। ਗੁਰਿੰਦਰ ਦੇ ਡੈਡੀ ਨਾਲ ਗੱਲ ਕਰਨ ਤੋਂ ਬਾਅਦ ਮੈਂ ਉਹਦੇ ਭਰਾ ਨਾਲ ਵੀ ਗੱਲ ਕੀਤੀ। ਉਹਨੇ ਦੱਸਿਆ ਇਹ ਮੁੰਡਿਆਂ ਨਾਲ ਤੁਰੀ ਫਿਰਦੀ ਆ, ਮੇਰੇ ਦੋਸਤ ਮੈਨੂੰ ਛੇੜਦੇ ਆ, ਮੇਰੀ ਇਹ ਬੇਇੱਜ਼ਤੀ ਕਰਦੀ ਹੈ, ਨਾਲੇ ਇਹ ਕਦੇ ਸਕੂਲ ਨਹੀਂ ਜਾਂਦੀ। ਜਿਹੜੀਆਂ ਗੋਰੀਆਂ ਅਤੇ ਇੰਡੀਅਨ ਕੁੜੀਆਂ ਨਾਲ ਇਹ ਤੁਰੀ ਫਿਰਦੀ ਆ ਉਹ ਸਭ ਬਦਮਾਸ਼ ਹਨ, ਸਾਰਾ ਸ਼ਹਿਰ ਉਹਨਾਂ ਦਾ ਵਾਕਫ ਆ, ਜੇ ਅਸੀਂ ਇਹਨੂੰ ਹਟਾਈਏ ਤਾਂ ਮੂਹਰਿਓਂ ਗਾਲਾਂ ਕੱਢਦੀ ਆ। ਗੁਰਿੰਦਰ ਦੇ ਖਿਲਾਫ਼ ਮੈਂ ਹੁਣ ਸਭ ਕੁਝ ਸੁਣ ਲਿਆ ਸੀ। ਮੈਂ ਉਹਦੇ ਮਾਪਿਆਂ ਨੂੰ ਕਿਹਾ ਕਿ ਮੈਂ ਗੁਰਿੰਦਰ ਨਾਲ ਇਕੱਲਿਆਂ ਅਗਲੇ ਹਫ਼ਤੇ ਦਫ਼ਤਰ ਵਿੱਚ ਗੱਲ ਕਰਨੀ ਚਾਹੁੰਦਾ ਹਾਂ, ਤਾਂ ਕਿ ਉਹਦੇ ਕੋਲ ਵੀ ਪਤਾ ਕਰਾਂ ਕਿ ਉਹ ਕੀ ਕਹਿਣਾ ਚਾਹੁੰਦੀ ਹੈ। ਮਾਂ ਪਿਓ ਮੇਰੇ 'ਤੇ ਜ਼ੋਰ ਪਾਉਣ ਲੱਗ ਪਿਆ ਕਿ ਮੈਂ ਉਹਨਾਂ ਦੇ ਘਰ ਹੀ ਉਹਨਾਂ ਦੀ ਮੌਜੂਦਗੀ ਵਿੱਚ ਉਹਦੇ ਨਾਲ ਗੱਲ ਕਰਾਂ। ਮੈਂ ਮੰਨ ਗਿਆ, ਪਰ ਜਿਸ ਦਿਨ ਗੁਰਿੰਦਰ ਨਾਲ ਗੱਲ ਕਰਨ ਆਇਆ ਤਾਂ ਮਾਂ ਪਿਓ ਅਤੇ ਭਰਾ ਨੇ ਉਹਨੂੰ ਜ਼ਿਆਦਾ ਗੱਲ ਨਾ ਕਰਨ ਦਿੱਤੀ। ਜਦ ਵੀ ਉਹ ਕੁਝ ਦੱਸਣ ਦੀ ਕੋਸ਼ਿਸ਼ ਕਰੇ ਭਰਾ ਅਤੇ ਮਾਂ ਪਿਓ ਵਿੱਚ ਬੋਲ ਪੈਣ। 1.5 ਘੰਟੇ ਬਾਅਦ ਮੈਂ ਉੱਠ ਪਿਆ ਕਿ ਜੇਕਰ ਤੁਸੀਂ ਗੁਰਿੰਦਰ ਨਾਲ ਮੈਨੂੰ ਇਕੱਲਿਆਂ ਗੱਲ ਨਾ ਕਰਨ ਦਿੱਤੀ ਤਾਂ ਮੈਂ ਕੇਸ ਬੰਦ ਕਰ ਦੇਣਾ ਅਤੇ ਮੈਨੂੰ ਅਫਸੋਸ ਹੈ ਕਿ ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ। ਇਸ 'ਤੇ ਉਹ ਬੜੇ ਭਾਰੇ ਮਨ ਨਾਲ ਸਹਿਮਤ ਹੋ ਗਿਆ ਕਿ ਮੈਂ ਗੁਰਿੰਦਰ ਨੂੰ ਦਫ਼ਤਰ ਲੈ ਜਾਵਾਂ। ਗੁਰਿੰਦਰ ਨਾਲ ਇਕੱਲਿਆਂ ਗੱਲ ਕਰਨ ਤੋਂ ਪਹਿਲਾਂ ਮੈਂ ਉਹਨੂੰ ਦੱਸਿਆ ਕਿ ਮੈਂ ਤੇਰੇ ਪਹਿਲੇ ਸਕੂਲਾਂ ਵਿੱਚ ਤੇਰੇ ਬਾਰੇ ਤੇਰੇ ਅਧਿਆਪਕਾਂ ਨਾਲ ਗੱਲ ਕਰ ਚੁੱਕਾ ਹਾਂ ਅਤੇ ਤੇਰੇ ਘਰਦਿਆਂ ਵੀ ਮੈਨੂੰ ਤੇਰੇ ਬਾਰੇ ਕਾਫ਼ੀ ਕੁਝ ਦੱਸ ਦਿੱਤਾ ਹੈ। ਇਸ ਤੋਂ ਬਿਨਾਂ ਮੈਂ ਤੇਰੀ ਫਾਇਲ ਵੀ ਪੜ੍ਹ ਚੁੱਕਾ। ਅਗਰ ਤੂੰ ਮੇਰੇ ਤੋਂ ਕੋਈ ਮਦਦ ਚਾਹੁੰਦੀ ਹਾਂ ਤਾਂ ਸੱਚ ਸੱਚ ਦੱਸ ਕਿ ਤੈਨੂੰ ਘਰ ਵਿੱਚ ਕੀ ਤਕਲੀਫ ਹੈ। ਮੈਨੂੰ ਇੱਕ ਤਾਂ ਜਾਣ ਨਹੀਂ ਦਿੰਦੇ, ਮੇਰੇ ਵਾਲਾਂ ਅਤੇ ਕੱਪੜਿਆਂ ਬਾਰੇ ਕਈ ਕੁਛ ਬੋਲਦੇ ਰਹਿੰਦੇ ਆ। ਮੇਰੀ ਵੱਡੀ ਭੈਣ ਨੂੰ ਕਦੇ ਨਹੀਂ ਕੁਛ ਕਹਿੰਦੀ, ਉਹਨੇ ਵੀ ਬੁਆਏਫ੍ਰੈਂਡ ਰੱਖਿਆ ਹੋਇਆ, ਕਿਉਂਕਿ ਘਰ ਵਿੱਚ ਉਹ ਚੁੱਪ ਚਾਪ ਰਹਿੰਦੀ ਆ, ਜਿੱਦਾਂ ਇਹ ਕਹਿਣ ਕਰ ਲੈਂਦੀ ਆ, ਨਾਲੇ ਇਹਨਾਂ ਨੂੰ ਪੈਸੇ ਕਮਾ ਕੇ ਜੋ ਦਿੰਦੀ ਆ। ਤੈਨੂੰ ਆਪਣੀ ਭੈਣ ਬਾਰੇ ਕਿਵੇਂ ਪਤਾ? ਮੈਂ ਪੁੱਛਿਆ। ਮੈਨੂੰ ਉਹਨੇ ਆਪ ਦੱਸਿਆ ਸੀ, ਨਾਲੇ ਮੈਂ ਕਈ ਵਾਰ ਦੇਖਿਆ ਉਹਨੂੰ ਆਪਣੇ ਬੁਆਏਫ੍ਰੈਂਡ ਨਾਲ ਕਾਰ ਵਿੱਚ ਬੈਠਿਆ ਲੰਚ ਟਾਈਮ 'ਤੇ, ਉਹ ਰੋਜ਼ ਮਿਲਦੇ ਆ, ਕਿੱਸਾਂ ਕਰਦੇ ਆ, ਮੈਂ ਕਈ ਵਾਰ ਦੇਖੇ ਆ। ਨਾਲੇ ਜਿਹੜੀ ਸਲਵਾਰ ਕਮੀਜ਼ ਉਹ ਘਰੋਂ ਪਾ ਕੇ ਜਾਂਦੀ ਆ, ਕੰਮ 'ਤੇ ਥੋੜ੍ਹਾ ਪਾਉਂਦੀ ਆ, ਉੱਥੇ ਜਾ ਕੇ ਉਹ ਸਕਰਟਾਂ 'ਤੇ ਜੀਨਾਂ ਪਾਉਂਦੀ ਆ, ਸਾਰਾ ਮੇਕਅਪ ਕਰਦੀ ਆ ਅਤੇ ਘਰ ਆ ਕੇ ਮਿੰਨੀ ਅਤੇ ਮਿਸਨੀ ਬਣੀ ਰਹਿੰਦੀ ਆ। ਮੈਂ ਇਹਨਾਂ ਦੇ ਸਾਹਮਣੇ ਸਕਰਟਾਂ 'ਤੇ ਜੀਨਾਂ ਪਾਵਾਂ ਤਾਂ ਮੈਨੂੰ ਪਾਉਣ ਦਿੰਦੇ ਅਤੇ ਨਾ ਹੀ ਮੈਨੂੰ ਮੇਕਅਪ ਕਰਨ ਦਿੰਦੇ ਆ। ਮੇਰੀ ਭੈਣ ਬਾਰੇ ਇਹਨਾਂ ਨੂੰ ਕੀ ਪਤਾ ਕਿ ਉਹ ਕੀ ਕਰਦੀ ਆ?
ਇਹ ਉਹਦੀਆਂ ਸਿਫਤਾਂ ਕਰਦੇ ਸਾਹ ਨਹੀਂ ਲੈਂਦੇ। ਕਦੇ ਉਹ ਕਹਿ ਦਿੰਦੀ ਆ ਕਿ ਮੈਂ ਓਵਰ ਟਾਈਮ ਲਾਉਣਾ ਹੈ, ਮੈਨੂੰ ਸਭ ਪਤਾ ਉਹ ਕੀ ਕਰਦੀ ਆ, ਆਪਣੇ ਬੁਆਏਫ੍ਰੈਂਡ ਨਾਲ ਘੁੰਮਣ ਫਿਰਨ ਚਲੇ ਜਾਂਦੀ ਆ ਅਤੇ ਘਰਦਿਆਂ ਨੂੰ ਇਹਦੇ ਬਾਰੇ ਦੱਸਦੀ ਤੱਕ ਨਹੀਂ, ਆਪੇ ਛੁੱਟੀਆਂ ਬੁੱਕ ਕਰਾ ਕੇ ਬੁਆਏਫ੍ਰੈਂਡ ਨਾਲ ਹੋਟਲਾਂ ਵਿੱਚ ਰਾਤਾਂ ਗੁਜ਼ਾਰਦੀ ਹੈ। ਇਹਨਾਂ ਦੇ ਭਾਣੇ ਉਹ ਕੰਮ 'ਤੇ ਹੁੰਦੀ ਆ, ਮੈਂ ਵੀ ਤਾਂ ਉਹ ਕੋਸ਼ਿਸ਼ ਕਰਦੀ ਹਾਂ ਪਰ ਮੈਨੂੰ ਇਹ ਮਾਰਦੇ ਕੁੱਟਦੇ ਆ। ਵਰਿੰਦਰ, ਮੈਂ ਤੇਰੇ ਬਾਰੇ ਤੇਰੇ ਨਾਲ ਗੱਲ ਕਰਨੀ ਚਾਹੁੰਦਾ ਕਿ ਤੇਰੀ ਨਾ ਕਿ ਤੇਰੀ ਭੈਣ ਬਾਰੇ। ਤੇਰੀ ਅੱਜ ਤੇਰੀ ਅਜੇ ਉਮਰ ਛੋਟੀ ਹੈ, ਨਾ ਤਾਂ ਤੂੰ ਅਜੇ ਪੜ੍ਹਾਈ ਹੀ ਖਤਮ ਕੀਤੀ ਹੈ ਅਤੇ ਨਾ ਹੀ ਕੋਈ ਕੰਮ ਕਰਦੀ ਹੈ। ਸਕੂਲ ਵਾਲਿਆਂ ਮੈਨੂੰ ਦੱਸਿਆ ਹੈ ਕਿ ਜ਼ਿਆਦਾ ਕਰਕੇ ਤੂੰ ਸਕੂਲ 'ਚੋਂ ਗਾਇਬ ਰਹਿੰਦੀ ਹੈ। ਸਕੂਲ ਵਾਲਿਆਂ ਨਾਲ ਵੀ ਤੇਰਾ ਵਰਤਾਅ ਠੀਕ ਨਹੀਂ ਅਤੇ ਨਾ ਹੀ ਉਹਨਾਂ ਨੂੰ ਤੇਰੀ ਕੰਪਨੀ ਪਸੰਦ ਹੈ। ਮੈਂ ਜਦ ਗੁਰਿੰਦਰ ਨੂੰ ਇਹ ਗੱਲਾਂ ਦੱਸ ਰਿਹਾ ਸੀ ਤਾਂ ਉਹ ਹੋਰ ਗੰਭੀਰ ਹੋ ਗਈ। 5 ਫੁੱਟ ਕੱਦ ਅਤੇ ਗਠੀਲੇ ਸਰੀਰ ਦੀ ਗੁਰਿੰਦਰ ਦੇ ਤੇੜ ਪਾਈ ਫਿੱਕੀ ਨੀਲੀ ਜੀਨ ਫਸੀ ਪਈ ਸੀ। ਜ਼ਿੰਦਗੀ ਦੇ ਰਾਹਾਂ ਤੋਂ ਭਟਕੀ ਹੋਈ ਗੁਰਿੰਦਰ ਨੇ ਕੁਝ ਮਿੰਟਾਂ ਬਾਅਦ ਰੋਣਾ ਸ਼ੁਰੂ ਕਰਤਾ ਕਿ ਉਹ ਘਰ ਬਿਲਕੁਲ ਨਹੀਂ ਜਾਣਾ ਚਾਹੁੰਦੀ ਅਤੇ ਸੋਸ਼ਲ ਸਰਵਿਸ ਦੀ ਹਿਫਾਜ਼ਤ ਵਿੱਚ ਆਉਣਾ ਚਾਹੁੰਦੀ ਹੈ। ਕਾਫੀ ਬਹਿਸ ਬਾਅਦ ਮੈਂ ਉਹਨੂੰ ਬਣਾ ਲਿਆ ਕਿ ਉਹ ਘਰ ਵਾਪਸ ਜਾਵੇ ਅਤੇ ਮੈਂ ਉਹਦੇ ਮਾਂ ਪਿਓ ਦੇ ਭਰਾ ਨਾਲ ਗੱਲ ਕਰਦਾ ਕਿ ਉਹਨਾਂ ਨੂੰ ਅਗਰ ਕੋਈ ਸ਼ਿਕਾਇਤ ਹੋਵੇਗੀ ਤਾਂ ਮੇਰੇ ਨਾਲ ਗੱਲ ਕਰਨਗੇ। ਗੁਰਿੰਦਰ ਨੂੰ ਮੈਂ ਸਾਫ਼ ਕਹਿ ਦਿੱਤਾ ਕਿ ਉਹਨੂੰ ਸਕੂਲ ਹਰ ਰੋਜ਼ ਜਾਣਾ ਪਵੇਗਾ ਅਤੇ ਵਕਤ ਸਿਰ ਘਰ ਆਉਣਾ ਪਵੇਗਾ। ਜਦ ਗੁਰਿੰਦਰ ਨੇ ਸਭ ਕੁਝ ਭਾਂਪ ਲਿਆ ਕਿ ਮੈਂ ਉਹਨੂੰ ਹਿਫਾਜ਼ਤ ਵਿੱਚ ਰੱਖਣ ਲਈ ਤਿਆਰ ਨਹੀਂ ਹਾਂ ਤਾਂ ਮੇਰੀਆਂ ਸ਼ਰਤਾਂ ਮੰਨ ਗਈ। ਗੁਰਿੰਦਰ ਵੱਲੋਂ ਘਰ ਛੱਡਣ ਬਾਰੇ ਮੈਂ ਘਰ ਵਿੱਚ ਸਭ ਨੂੰ ਕਹਿ ਦਿੱਤਾ ਕਿ ਉਹ ਗੁਰਿੰਦਰ ਨੂੰ ਕੁਝ ਨਾ ਕਹਿਣ ਅਤੇ ਆਪਣੀਆਂ ਸ਼ਿਕਾਇਤਾਂ ਮੈਨੂੰ ਦੱਸਣ। ਇਸ ਗੱਲ 'ਤੇ ਦੋਵੇਂ ਪਾਰਟੀਆਂ ਸਹਿਮਤ ਹੋ ਗਈਆਂ। ਸਕੂਲ ਵਾਲਿਆਂ ਮੇਰਾ ਪੂਰਾ ਸਾਥ ਦਿੱਤਾ। ਉਹ ਮੈਨੂੰ ਰੋਜ਼ ਹੀ ਗੁਰਿੰਦਰ ਬਾਰੇ ਫੋਨ ਕਰਦੇ ਕਿ ਉਹ ਕਦੋਂ ਸਕੂਲ ਆਈ ਸੀ ਅਤੇ ਕਿਹੜਾ ਕਿਹੜਾ ਪੀਰੀਅਡ ਉਹਨੇ ਮਿਸ ਕੀਤਾ ਸੀ। ਮੈਂ ਜਦ ਵੀ ਗੁਰਿੰਦਰ ਕੋਲੋਂ ਪੀਰੀਅਡ ਮਿਸ ਕਰਨ ਬਾਰੇ ਜਵਾਬ ਮੰਗਦਾ, ਉਹ ਕੋਈ ਨਾ ਕੋਈ ਬਹਾਨਾ ਲਾ ਦਿੰਦੀ। ਇੱਕ ਦਿਨ ਸਕੂਲ ਵਾਲਿਆਂ ਫੋਨ ਕੀਤਾ ਕਿ ਗੁਰਿੰਦਰ ਸਕੂਲ ਵਿੱਚ ਨਹੀਂ ਆਈ। ਘਰ ਪਤਾ ਕੀਤਾ ਤਾਂ ਉਸ ਦੀ ਮਾਂ ਨੇ ਦੱਸਿਆ ਕਿ ਉਹ ਸਵੇਰ ਦੀ ਘਰੋਂ ਸਕੂਲੇ ਗਈ ਹੋਈ ਹੈ। ਜਦ ਸ਼ਾਮੀ 5 ਵਜੇ ਤੱਕ ਵੀ ਉਹ ਘਰ ਵਾਪਸ ਨਾ ਆਈ ਤਾਂ ਮੈਂ ਮਾਂ ਪਿਓ ਨੂੰ ਸਲਾਹ ਦਿੱਤੀ ਕਿ ਉਹ 2 ਘੰਟੇ ਹੋਰ ਇੰਤਜ਼ਾਰ ਕਰ ਲੈਣ ਅਤੇ ਫਿਰ ਪੁਲਿਸ ਕੋਲ ਰਿਪੋਰਟ ਦਰਜ ਕਰਵਾ ਦੇਣ। ਸਵੇਰੇ ਕੰਮ 'ਤੇ ਆਇਆ ਤਾਂ ਪਤਾ ਕਰਨ 'ਤੇ ਮਾਂ ਪਿਓ ਨੇ ਦੱਸਿਆ ਕਿ ਗੁਰਿੰਦਰ ਘਰ ਨਹੀਂ ਆਈ। ਮੈਂ ਸਕੂਲ ਤੋਂ ਗੁਰਿੰਦਰ ਦੀਆਂ ਸਹੇਲੀਆਂ ਦੇ ਪਤੇ ਲੈ ਕੇ ਉਹਨੂੰ ਥਾਂ ਥਾਂ ਲੱਭਦਾ ਰਿਹਾ ਪਰ ਮੇਰੇ ਹੱਥ ਪਹਿਲੇ ਕੁਝ ਨਾ ਪਿਆ। ਗੁਰਿੰਦਰ ਦੀਆਂ ਏਸ਼ੀਅਨ ਸਹੇਲੀਆਂ ਨੇ ਮੈਨੂੰ ਸ਼ਹਿਰ ਵਿੱਚ ਬਣੇ ਗੈਂਗਾਂ ਬਾਰੇ ਦੱਸਿਆ ਕਿ ਸਮੇਤ ਗੁਰਿੰਦਰ ਉਹਨਾਂ ਨਾਲ ਗਹਿਰਾ ਸੰਬੰਧ ਹੈ। ਮੇਰੇ ਅਤੇ ਮੇਰੇ ਮੈਨੇਜਰ ਦੇ ਕਈ ਡਰਾਵਿਆਂ ਦੇ ਬਾਵਜੂਦ ਵੀ ਉਹਨਾਂ ਛੱਟੀਆਂ ਸਹੇਲੀਆਂ ਸਾਨੂੰ ਗੁਰਿੰਦਰ ਦੀ ਕੋਈ ਸੂਹ ਨਾ ਦਿੱਤੀ, ਜਦੋਂ ਕਿ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਸਭ ਪਤਾ ਸੀ। 3 ਦਿਨ ਪੁਲਿਸ ਵਾਲਿਆਂ ਦਾ ਫੋਨ ਆਇਆ, ਗੁਰਿੰਦਰ ਰੇਲਵੇ ਸਟੇਸ਼ਨ ਵਾਲਿਆਂ ਬਿਨਾਂ ਟਿਕਟ ਬਰਮਿੰਗਮ ਤੋਂ ਸਫ਼ਰ ਕਰਦੀ ਫੜ ਲਈ ਹੈ। ਉਹਨੇ ਕੁਝ ਚੋਰੀਆਂ ਵੀ ਕੀਤੀਆਂ ਹਨ ਅਤੇ ਉਹ ਗਲੂ ਸਨਿਫ ਵੀ ਕਰਦੀ ਰਹੀ ਹੈ। ਪੁਲਿਸ ਵਾਲਿਆਂ ਮੇਰੀ ਮੌਜੂਦਗੀ ਵਿੱਚ ਗੁਰਿੰਦਰ ਨੂੰ ਇੰਟਰਵਿਊ ਕੀਤਾ ਅਤੇ ਫਿਰ ਮੇਰੇ ਨਾਲ ਭੇਜ ਦਿੱਤਾ। ਜਦ ਮੈਂ ਗੁਰਿੰਦਰ ਕੋਲ ਪੁੱਛਿਆ ਕਿ ਉਹ 2 ਦਿਨ ਕਿੱਥੇ ਰਹੀ ਸੀ ਤਾਂ ਕਹਿੰਦੀ, ਮੈਂ ਬੱਸ ਸਟੋਪ ਦੀਆਂ ਟੋਇਲਟਸ ਵਿੱਚ ਸੁਣਦੀ ਰਹੀ ਹਾਂ। ਇਹ ਕੋਰਾ ਝੂਠ ਸੀ। ਉਹਦੇ ਕੱਪੜਿਆਂ ਦੇ ਵਾਲਾਂ ਤੋਂ ਸਾਫ਼ ਦਿਖਾਈ ਦੇ ਰਿਹਾ ਸੀ ਕਿ ਉਹ ਕਿਤੇ ਨਿੱਘ ਵਿੱਚ ਸੁਣਦੀ ਰਹੀ ਹੈ। ਮੈਨੂੰ ਯਕੀਨ ਹੋ ਗਿਆ ਸੀ ਕਿ ਗੁਰਿੰਦਰ ਇਹ 2 ਦਿਨ ਅਤੇ ਪਹਿਲਾਂ ਵੀ ਗੈਂਗਾਂ ਨਾਲ ਮਿਲ ਕੇ ਹਰ ਤਰ੍ਹਾਂ ਦੇ ਨਜ਼ਾਰੇ ਲੈਂਦੀ ਰਹੀ ਹੈ। ਮੈਂ ਗੁਰਿੰਦਰ ਨੂੰ ਜਿਤਾਇਆ ਕਿ ਉਹਨੇ ਮੇਰੇ ਨਾਲ ਕੀਤਾ ਵਾਅਦਾ ਨਿਭਾਇਆ ਨਹੀਂ। ਉਹ ਮੈਨੂੰ ਹਿਫਾਜ਼ਤ ਵਿੱਚ ਰੱਖਣ ਲਈ ਜ਼ੋਰ ਦੇ ਰਹੀ ਸੀ ਪਰ ਮੈਂ ਇਨਕਾਰ ਕਰਤਾ। ਮੈਂ ਕਿਹਾ, ਮੈਂ ਤੇਰੇ ਘਰਦਿਆਂ ਨੂੰ ਤੇਰੀਆਂ ਕਰਤੂਤਾਂ ਬਾਰੇ ਨਹੀਂ ਦੱਸਾਂਗਾ ਅਗਰ ਤੂੰ ਅਜੇ ਵੀ ਸੰਭਲ ਜਾਵੇਂ। ਉਹ ਉਸ ਵੇਲੇ ਤਾਂ ਮੰਨ ਗਈ ਪਰ 2 ਦਿਨਾਂ ਬਾਅਦ ਫਿਰ ਲਾਪਤਾ ਹੋ ਗਈ। ਮੈਨੂੰ ਦੁਖੀ ਹੋਏ ਮਾਂ ਪਿਓ ਦਾ ਤਕਰੀਬਨ ਹਰ ਰੋਜ਼ ਫੋਨ ਆਉਂਦਾ। ਇਸ ਦੁੱਖ ਨੇ ਗੁਰਿੰਦਰ ਦੇ ਪਿਓ ਨੂੰ ਨਟਾਲ ਕਰਕੇ ਰੱਖ ਦਿੱਤਾ ਅਤੇ ਉਹ ਬਿਮਾਰ ਹੋ ਗਿਆ। ਉਹਨੇ ਕੰਮ ਛੱਡ ਦਿੱਤਾ ਅਤੇ ਸਾਰਾ ਦਿਨ ਸੈੱਟ 'ਤੇ ਪਿਆ ਛੱਤ ਵੱਲ ਦੇਖਦਾ ਰਹਿੰਦਾ। ਮਾਂ ਕਦੇ ਸਾਡੇ ਮਹਿਕਮੇ ਨੂੰ ਗਾਲਾਂ ਕੱਢਦੀ ਅਤੇ ਕਦੇ ਗੁਰਿੰਦਰ ਨੂੰ। ਮੈਂ ਸ਼ਹਿਰ ਦੇ ਸਭ ਹੋਸਟਲਾਂ ਅਤੇ ਬੱਚਿਆਂ ਦੇ ਹਿਫਾਜ਼ਤੀ ਸੈਂਟਰਾਂ ਵਿੱਚ ਕਈ ਦਿਨ ਫੋਨ ਘੁੰਮਾਉਂਦਾ ਰਿਹਾ ਪਰ ਗੁਰਿੰਦਰ ਦੀ ਮੈਨੂੰ ਕੋਈ ਵੀ ਉਕਸੁਕ ਨਾ ਮਿਲੀ। ਹੁਣ ਤੱਕ ਗੁਰਿੰਦਰ 16 ਵਰ੍ਹਿਆਂ ਤੋਂ ਉੱਪਰ ਹੋ ਚੁੱਕੀ ਸੀ ਅਤੇ ਮੇਰੇ ਮੈਨੇਜਰ ਨੇ ਜ਼ਬਰਦਸਤੀ ਮੇਰੇ ਕੋਲੋਂ ਕੇਸ ਬੰਦ ਕਰਵਾ ਦਿੱਤਾ। ਮੈਂ ਵੀ ਮੂਹਰੇ ਜ਼ਿਆਦਾ ਕੜਿਆ ਨਾ ਕਿ
ਕਿਉਂਕਿ ਜਦ ਕੁੜੀ ਹੀ ਗੈਬ ਸੀ ਤਾਂ ਫਿਰ ਕੇਸ ਕਾਹਦੇ ਲਈ ਖੁੱਲ੍ਹਾ ਰੱਖਿਆ ਜਾਵੇ। ਮਹੀਨੇ ਕੁ ਬਾਅਦ ਸੁਰਖ ਸਰਵਿਸ ਦੇ ਦੂਜੇ ਦਫ਼ਤਰੋਂ ਫੋਨ ਆਇਆ, ਗੁਰਿੰਦਰ ਸਾਡੇ ਇਲਾਕੇ ਦੇ ਦਫ਼ਤਰ ਵਿੱਚ ਆਈ ਸੀ, ਉਹ ਘਰ ਵਾਪਸ ਨਹੀਂ ਜਾਣਾ ਚਾਹੁੰਦੀ, ਇਸ ਕਰਕੇ ਉਹਦਾ ਹੋਸਟਲ ਵਿੱਚ ਪ੍ਰਬੰਧ ਕਰ ਦਿੱਤਾ ਹੈ। ਸਾਨੂੰ ਉਹਨੇ ਇਹ ਵੀ ਕਿਹਾ ਹੈ ਕਿ ਹੋਸਟਲ ਬਾਰੇ ਉਹਦੇ ਘਰ ਬਿਲਕੁਲ ਨਾ ਦੱਸਿਆ ਜਾਵੇ। ਇਸ ਤੋਂ ਬਾਅਦ ਮੈਂ ਮੈਨੇਜਰ ਨਾਲ ਵਾਹਵਾ ਸਿਰਖਪਾਈ ਕੀਤੀ ਕਿ ਕੇਸ ਸਾਡਾ ਹੈ, ਮੈਂ ਇਸ 'ਤੇ ਕੰਮ ਕਰਨਾ ਚਾਹੁੰਦਾ ਹਾਂ, ਪਰ ਗੋਰਿਆਂ ਮੋਰੇ ਮੇਰੀ ਕੋਈ ਪੇਸ਼ ਨਾ ਗਈ। ਮੈਨੂੰ ਗੁਰਿੰਦਰ ਦੇ ਪਤੇ ਦਾ ਪਤਾ ਹੋਣ ਦੇ ਬਾਵਜੂਦ ਵੀ ਮੈਂ ਮਾਂ ਪਿਓ ਨੂੰ ਦੱਸ ਨਾ ਸਕਿਆ। ਅਗਰ ਮਾਂ ਪਿਓ ਨੂੰ ਪਤਾ ਲੱਗ ਵੀ ਜਾਂਦਾ ਤਾਂ ਉਹ ਕੀ ਕਰ ਸਕਦੇ ਸੀ। ਮੈਂ ਮੈਨੇਜਰ ਨੂੰ ਇਹ ਵੀ ਕਿਹਾ ਕਿ ਹੁਣ ਵਾਲੇ ਗੋਰੇ ਸੋਸ਼ਲ ਵਰਕਰ ਨਾਲ ਮਿਲ ਕੇ ਮੈਂ ਕੰਮ ਕਰਨ ਲਈ ਤਿਆਰ ਹਾਂ, ਪਰ ਮੈਨੇਜਰ ਨੇ ਆਪਣੀ ਮਜਬੂਰੀ ਦੱਸੀ ਕਿ ਉਸ ਇਲਾਕੇ ਦੇ ਦਫ਼ਤਰ ਦਾ ਮੈਨੇਜਰ ਇਸ ਗੱਲ ਲਈ ਨਹੀਂ ਮੰਨਦਾ। ਕੇਸ ਇੱਕ ਵਿਦਿਆਰਥਣ ਗੋਰੀ ਕਰ ਰਹੀ ਸੀ, ਇਸ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹਨਾਂ ਕੇਸ ਨੂੰ ਕਿੰਨੀ ਕੁ ਮਹੱਤਤਾ ਦਿੱਤੀ ਸੀ। ਇਸ ਤੋਂ ਕੁਝ ਹਫ਼ਤੇ ਬਾਅਦ ਗੁਰਿੰਦਰ ਦੀ ਮਾਂ ਦਾ ਫੋਨ ਆਇਆ ਕਿ ਗੁਰਿੰਦਰ ਦੇ ਡੈਡੀ ਦਾ ਦਿਲ ਫੇਲ ਹੋ ਗਿਆ ਹੈ ਅਤੇ ਉਹ ਹਸਪਤਾਲ ਵਿੱਚ ਹੈ। ਗੁਰਿੰਦਰ ਦੇ ਮੈਨੂੰ ਮੁੜ ਕੇ ਕਦੇ ਵੀ ਦਰਸ਼ਨ ਨਹੀਂ ਹੋਏ। ਇਹ ਤਾਂ ਸੀ ਜੀ ਇਹ ਬੜੀ ਦਰਦਨਾਕ ਸਟੋਰੀ, ਕਹਾਣੀ, ਕੇਸ ਸਟੱਡੀ ਜਿਹੜੀ ਕਿ ਕੁਛ ਸਾਲ ਪਹਿਲਾਂ ਹੋਈ ਸੀ, ਪਰ ਇਹੋ ਜਿਹੇ ਕੇਸਿਸ ਅੱਜ ਵੀ ਜਿਹੜੇ ਹੈਗੇ ਸਾਡੇ ਸਾਹਮਣੇ ਆ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਆਪਾਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਬਚਾ ਸਕਦੇ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਡਾਕਟਰ ਸਾਹਿਬ, ਨਮਸਕਾਰ। ਜੈ ਭੀਮ ਜੀ, ਜੈ ਭਾਰਤ ਜੀ। ਹਾਂਜੀ, ਮਾਨ ਸਾਹਿਬ, ਕੀ ਹਾਲ ਚਾਲ? ਤੁਹਾਡੀ ਆਵਾਜ਼ ਥੋੜੀ ਕਲੀਅਰ ਨਹੀਂ ਆ ਰਹੀ ਮੈਨੂੰ। ਹਾਂਜੀ, ਆਵਾਜ਼ ਥੋੜੀ ਘੱਟ ਆ ਰਹੀ। ਆਪਣੇ ਟੈਕਨੀਸ਼ੀਅਨ ਸਾਹਿਬ ਮੂਮੀ ਜੀ ਦੇਖਿਓ ਤਾਂ ਕਹਿੰਦੇ ਆਵਾਜ਼ ਬੜੀ ਘੱਟ ਆ ਰਹੀ ਹੈ। ਹੁਣ ਕਿੱਦਾਂ, ਠੀਕ ਹੈ ਕਿ ਨਹੀਂ? ਹੁਣ ਠੀਕ ਆ ਥੋੜੀ। ਹਾਂਜੀ ਹਾਂਜੀ, ਕਰੋ ਗੱਲ। ਹਾਂਜੀ ਹਾਂ, ਮੂਮੀ ਉਹਨਾਂ ਦਾ ਪਹਿਲਾਂ ਬਹੁਤ ਥੈਂਕ ਯੂ ਜੀ ਆਵਾਜ਼ ਠੀਕ ਕਰਨ ਦਾ। ਹਾਂਜੀ, ਬਹੁਤ ਅੱਛਾ ਮਤਲਬ ਹੈਂਡਲ ਕਰ ਰਹੇ ਆ। ਹਾਂਜੀ, ਥੈਂਕ ਯੂ। ਤੇ ਜਿਹੜਾ ਤੁਸੀਂ ਅੱਜ ਸਬਜੈਕਟ ਲੈ ਕੇ ਆਏ ਹੋ, ਹਾਂਜੀ, ਇਹ ਬਹੁਤ ਪਜੀਦਾ ਸਬਜੈਕਟ ਆ ਬੱਚਿਆਂ ਵਾਸਤੇ। ਜਿਹੜਾ ਸੋਸ਼ਲ ਵਰਕ ਐਜ਼ ਅ ਸੋਸ਼ਲ ਵਰਕਰ ਤੁਸੀਂ ਕੰਮ ਕਰ ਰਹੇ ਹੋ, ਹਾਂਜੀ, ਇਹ ਆਪਣੇ ਸਮਾਜ ਦੇ ਲਈ ਬਹੁਤ ਹੀ ਇੱਕ ਅਹਿਮ ਵਰਕ ਹੈਗਾ ਆ। ਕਿ ਵੈਸੇ ਤਾਂ ਮੈਂ ਚਾਹੁੰਦਾ ਹਾਂ ਕਿ ਜਿਹੜਾ ਤੁਹਾਡਾ ਗਾਈਡੈਂਸ ਆ ਨਾ ਧਾਰਮਿਕ ਅਦਾਰਿਆਂ ਦੇ ਵਿੱਚ ਬੱਚਿਆਂ ਨੂੰ ਜਿਹੜਾ ਨਾ ਉੱਥੇ ਤੁਹਾਨੂੰ ਕਿਸੇ ਨਾਲ ਸੱਦ ਕੇ ਬੱਚਿਆਂ ਵਾਸਤੇ ਲੈਸਨ ਦੇਣੇ ਚਾਹੀਦੇ ਆ, ਔਰ ਬੱਚਿਆਂ ਦੇ ਬਾਰੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈਗਾ। ਤੇ ਇਹ ਜਿਹੜੀ ਚੀਜ਼ ਬਹੁਤ ਅਹਿਮ ਹੈਗੀ ਆ, ਕਿਉਂਕਿ ਬੱਚੇ ਜਿਹੜੇ ਅੱਜ ਕੱਲ ਜਦੋਂ ਸਰਟਨ ਏਜ ਤੇ ਜਾਂਦੇ ਆ ਤਾਂ ਉਹ ਆਪਣਾ ਇਹ ਕਰੈਕਟਰ ਨਹੀਂ ਦੇਖਦੇ, ਉਹ ਸਿਰਫ ਆਪੀ ਉਹਨਾਂ ਨੂੰ ਬਲਗਾਉਣ ਵਾਲੇ ਜਿਹੜੇ ਲੋਕ ਹੈ ਨਾ ਬੱਚੇ ਆ ਬਾਹਰ ਖੜੇ ਹੁੰਦੇ ਸਕੂਲਾਂ ਦੇ ਵਿੱਚ। ਹਾਂ ਬਿਲਕੁਲ ਬਿਲਕੁਲ, ਕਿਉਂਕਿ ਕਈ ਲੋਕ ਤਾਂ ਨਾ ਉਹ ਹੋਰ ਧਰਮ ਨੂੰ ਬਿਲੋਂਗ ਕਰਦੇ ਆ ਜਾਂ ਹੋਰ ਕੰਟਰੀ ਨੂੰ ਬਿਲੋਂਗ ਕਰਦੇ ਆ, ਉਹਨਾਂ ਨੇ ਕੜੇ ਪਾਏ ਹੁੰਦੇ ਆ। ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਉਹ ਕਿਉਂਕਿ ਉਹਨਾਂ ਨੂੰ ਪਤਾ ਨਾ ਲੱਗੇ ਵੀ ਇਹ ਮਤਲਬ ਕੌਣ ਹੈ, ਕਿਹੜਾ ਹੈਗਾ, ਕਿਹੜੀ ਕੰਟਰੀ ਦਾ ਬੰਦਾ, ਕਿਹੜੇ ਧਰਮ ਨੂੰ ਬਿਲੋਂਗ ਕਰਦਾ। ਤੇ ਇਹ ਜਿਹੜੀ ਚੀਜ਼ ਆ, ਮਾਂ ਬਾਪ ਨੂੰ ਵੀ ਚਾਹੀਦਾ ਆਪਣੇ ਬੱਚਿਆਂ ਨੂੰ ਸਕੂਲੋਂ ਜਾ ਕੇ ਲਿਆਉਣਾ, ਛੱਡਣ ਜਾਣਾ, ਔਰ ਟੀਚਰ ਨਾਲ ਗੱਲਬਾਤ ਕਰਨੀ ਕਿ ਸਾਡਾ ਬੱਚਾ ਟਾਈਮ ਸਿਰ ਆਉਂਦਾ, ਇਹਦਾ ਸਕੂਲ ਦੇ ਵਿੱਚ ਬਿਹੇਵ ਕੀ ਆ, ਇਹ ਸਾਰੀ ਜਿਹੜੀ ਜਾਣਕਾਰੀ ਆ ਇਹ ਲੈਣੀ ਚਾਹੀਦੀ ਆ, ਔਰ ਫਿਰ ਬੱਚਿਆਂ ਦੇ ਉੱਤੇ ਕਿੱਦਾਂ ਨਾ ਉਹਨਾਂ ਨੂੰ ਬੱਚਿਆਂ ਨੂੰ ਬੜੇ ਪਿਆਰ ਨਾਲ ਸਮਝਾਉਣਾ ਚਾਹੀਦਾ ਕਿ ਤੁਹਾਡਾ ਜਿਹੜਾ ਫਿਊਚਰ ਆ ਉਹ ਅਗਰ ਤੁਸੀਂ ਇਹ ਚਾਰ ਜਾਂ ਪੰਜ ਸਾਲ ਐਸ਼ ਕਰੋਗੇ ਤਾਂ 40 ਸਾਲ ਤੁਸੀਂ ਐਜੂਕੇਸ਼ਨ ਨਾ ਲਈ ਤਾਂ ਧੱਕੇ ਖਾਓਗੇ। ਬਿਲਕੁਲ ਬਿਲਕੁਲ, ਇਹ ਜਿਹੜੀ ਚੀਜ਼ ਹੈਗੀ ਇਹਨਾਂ ਬੱਚਿਆਂ ਨੂੰ ਲੇਕਿਨ ਜਿਹੜਾ ਤੁਹਾਡਾ ਸੋਸ਼ਲ ਐਜ਼ ਅ ਸੋਸ਼ਲ ਵਰਕਰ ਤੁਸੀਂ ਕੰਮ ਕੀਤਾ ਔਰ ਕਰ ਰਹੇ ਵੀ ਹੋ ਇਸ ਵੇਲੇ ਟੈਲੀਵਿਜ਼ਨ ਤੇ, ਕਾਂਸ਼ੀ ਰਾਮ ਇਹ ਆਪਣੇ ਕਾਂਸ਼ੀ ਟੀਵੀ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਜਿਹੜਾ ਇਹੋ ਜਿਹੇ ਸਬਜੈਕਟ ਲੈ ਕੇ ਤੁਸੀਂ
ਸਮਾਜ ਦੇ ਵਿੱਚ ਆਉਂਦੇ ਹੋ। ਇਹ ਜਿਹੜੀ ਬਹੁਤ ਵੱਡੀ ਚੀਜ਼ ਹੈਗੀ ਆ, ਇਸ ਕਰਕੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਛੋਟੀ ਜਿਹੀ। ਹਾਂਜੀ ਹਾਂਜੀ। ਉਹ ਇੱਕ ਕਿਸੇ ਦੇ ਘਰ ਗਿਆ ਮੈਂ ਤੇ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਬੱਚੇ ਕਿੱਥੇ ਗਏ ਆ, ਤੇ ਉਹਨਾਂ ਨੇ ਦੋ ਕਸੂਰੇ ਕੁੱਤੇ ਰੱਖੇ ਸੀਗੇ। ਅੱਛਾ। ਉਹ ਕਹਿੰਦਾ ਜੀ ਵੀ ਬੱਚੇ ਤਾਂ ਮੇਰੇ ਬੈਠੇ ਆ। ਅੱਛਾ। ਜਿਹੜੇ ਕੁੱਤੇ ਆ ਉਹ ਕਹਿੰਦਾ ਬਾਹਰ ਪਿੰਡ ਗਏ। ਤੁਹਾਡੀ ਇੱਜ਼ਤ ਮਾਣ ਕਰਨ ਵਾਲੇ ਬੱਚੇ ਅਗਰ ਤੁਹਾਡਾ ਰਿਗਾਰਡ ਕਰਨਗੇ, ਤੁਸੀਂ ਬੱਚਿਆਂ ਨੂੰ ਬਿਲਕੁਲ ਇਹੋ ਤਰੀਕੇ ਦੇ ਨਾਲ ਸਮਝਾਓ ਜਿਸ ਤਰ੍ਹਾਂ ਤੁਸੀਂ ਇੱਕ ਪੌਦਾ ਲਾਉਂਦੇ ਹੋ, ਉਹ ਦੇਖਦਿਆਂ ਦੇਖਦਿਆਂ ਬੜਾ ਹੋ ਜਾਂਦਾ, ਫਿਰ ਉਹ ਫੁੱਲ ਲੱਗਦੇ, ਫਿਰ ਫਲ ਲੱਗਦਾ, ਉਹਦੀ ਤੁਸੀਂ ਦੇਖ ਰੇਖ ਕਰਕੇ ਤਾਂ ਉਹਨੂੰ ਫਲ ਨਿਕਲਦਾ। ਬਿਲਕੁਲ ਜੀ ਬਿਲਕੁਲ। ਇਹੀ ਬੱਚੇ ਦੀ ਹੈਗੀ ਆ, ਅਗਰ ਬੱਚੇ ਨੂੰ ਤੁਸੀਂ ਜਨਮ ਤੋਂ ਲੈ ਕੇ ਵੱਡਾ ਕਰਦੇ ਹੋ ਤਾਂ ਉਹਦਾ ਦੇਖ ਰੇਖ ਕਰਨ ਦਾ ਮਾਪਿਆਂ ਦਾ ਫਰਜ਼ ਬਣਦਾ, ਔਰ ਮਾਪਿਆਂ ਨੂੰ ਇਹ ਕਰਨਾ ਚਾਹੀਦਾ। ਤੇ ਬਾਕੀ ਤੁਹਾਡਾ ਜਿਹੜਾ ਸਬਜੈਕਟ ਆ ਨਾ, ਮੈਂ ਦੱਸ ਦੇਣਾ ਤੁਹਾਡੀ ਕਿਹੜੇ ਲੱਗਦਾ ਨਾ, ਤੁਹਾਡਾ ਮਤਲਬ ਸਤਿਕਾਰ ਕਰਾਂ, ਬਹੁਤ ਹੀ ਅੱਛਾ ਸਬਜੈਕਟ ਲੈ ਕੇ ਆਉਂਦੇ ਹੋ, ਜਦ ਵੀ ਲੈ ਕੇ ਆਉਂਦੇ ਹੋ, ਤੇ ਮੈਂ ਇੰਨਾ ਹੀ ਕਹਿੰਦਾ ਹੋਇਆ, ਬਾਕੀ ਲਾਈਨ ਲੱਗੀ ਹੋਏਗੀ। ਜੈ ਭੀਮ, ਜੈ ਡਾਕਟਰ ਸਾਹਿਬ, ਨਮਸਕਾਰ। ਨਮਸਕਾਰ ਜੀ, ਜੈ ਭੀਮ। ਕੀ ਬੜ ਯੋ ਗੁੱਡ ਵਰਡ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ। ਇਹ ਤਸਵੀਰ ਮੇਰੇ ਵੀਰ ਪ੍ਰੇਮ ਮਾਨ ਹੋਣੀ ਲੰਡਨ ਤੋਂ ਜਿਹਨਾਂ ਨੇ ਫੋਨ ਕੀਤਾ, ਸਿਹਤ ਯਾਨੀ ਕਿ ਉਹਨਾਂ ਦੀ ਇੰਨੀ ਵਧੀਆ ਵੀ ਨਾ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਆਪਣੀ ਜਿਹੜੀ ਕਮਿਟਮੈਂਟ ਸਾਨੂੰ ਯਾਨੀ ਕਿ ਦਿਖਾਈ ਹੈ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਚੌਹਾਨ ਸਾਹਿਬ, ਵੈਲਕਮ, ਖੁਸ਼ਾਮਦੀਦ। ਬੜੀ ਦੇਰ ਬਾਅਦ ਤੁਹਾਡੀ ਯਾਨੀ ਕਿ ਆਵਾਜ਼ ਸੁਣੀ ਹੈ, ਬਹੁਤ ਬਹੁਤ ਮਿਹਰਬਾਨੀ। ਦੇਖੋ ਜਿਹੜਾ ਅੱਜ ਮੈਂ ਆਪਣੇ ਦੱਸਿਆ ਹੈਗਾ ਵੀ ਬੱਚਿਆਂ ਬਾਰੇ ਵੀ ਕਿਸ ਤਰ੍ਹਾਂ ਹੋ ਜਾਂਦਾ, ਇਹ ਜਿਹੜੀਆਂ ਘਟਨਾ ਆਮ ਆ, ਪਰ ਵੱਡੀ ਤਾਂ ਗੱਲ ਆ ਵੀ ਘਟਨਾ ਦੇ ਬਾਰੇ ਜ਼ਰੂਰ ਦੇਖਣਾ ਚਾਹੀਦਾ ਵੀ ਕਿਉਂ ਵਾਪਰਦੀਆਂ। ਕੋਈ ਵੀ ਜਿਹੜਾ ਪਰਿਵਾਰ ਆ, ਪਰਿਵਾਰ ਦਾ ਫਰਜ਼ ਆ ਵੀ ਉਹ ਬੱਚਿਆਂ ਦੇ ਨਾਲ ਪੂਰਾ ਸੰਪਰਕ ਬਣਾਈ ਰੱਖੇ। ਬਿਲਕੁਲ 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 ਬਿਲਕੁਲ। ਕਿਉਂਕਿ ਚਾਹੇ ਉਹਨਾਂ ਦਾ ਤੁਸੀਂ ਬਰਥਡੇ ਮਨਾਉਣਾ, ਚਾਹੇ ਕੋਈ ਹੋਰ ਗੱਲ ਆ, ਕਿਉਂਕਿ ਜੇ ਤੁਸੀਂ ਪੂਰਾ ਸੰਪਰਕ ਰੱਖੋ ਫਿਰ ਸਾਡੀ ਮਤਲਬ ਇੱਦਾਂ ਦਾ ਅਸੀਂ ਗੱਲ ਬਣਾਈ ਆ ਵੀ ਅਸੀਂ ਲੜਕੀਆਂ ਦਾ ਗੱਲ ਘੱਟ ਕਰਦੇ ਹਾਂ, ਜ਼ਿਆਦਾ ਜਾਣੀ ਲੜਕਿਆਂ ਬਾਰੇ ਜਾਣੀ ਗੱਲ ਕਰਦੇ ਹਾਂ, ਔਰ ਇਹ ਵੀ ਬਹੁਤ ਮਾੜੀ ਗੱਲ ਹੈ। ਕਿਉਂਕਿ ਜਿਸ ਵੇਲੇ ਤੁਸੀਂ ਬਹਿ ਕੇ ਉਹਨਾਂ ਦੇ ਨਾਲ ਗੱਲ ਕਰਨੀ ਆ ਤਾਂ ਤੁਹਾਨੂੰ ਮਤਲਬ ਇਹ ਬਿਲਕੁਲ ਉਹਨਾਂ ਨੂੰ ਅਹਿਸਾਸ ਨਹੀਂ ਹੋਣਾ ਚਾਹੀਦਾ ਵੀ ਸਾਨੂੰ ਕਿਸੇ ਤਰ੍ਹਾਂ ਨਜ਼ਰ ਅੰਦਾਜ਼ ਜਿਹੜਾ ਕੀਤਾ ਜਾ ਰਿਹਾ। ਤੇ ਜਿਹੋ ਜਿਹਾ ਬੱਚੇ ਵੱਡੇ ਹੁੰਦੇ ਆ ਉਦੋਂ ਫਿਰ ਜ਼ਿਆਦਾ ਜ਼ਿੰਮੇਵਾਰੀ ਬਣਦੀ ਹੈ। ਬਿਲਕੁਲ ਬਿਲਕੁਲ। ਕਿਉਂਕਿ ਮੈਂ ਸਮਾਜ ਦੇ ਵਿੱਚ ਬਹੁਤ ਵਿਚਰ ਰਿਹਾ, ਕਿਉਂਕਿ ਮੈਂ ਇਹ ਦੇਖਿਆ ਵੀ ਕਈ ਤਾਂ ਮਤਲਬ ਜ਼ਿਆਦਾ ਨਾ ਸਕੂਲ ਵਾਲੇ ਕਹਿੰਦੇ ਵੀ ਸਕੂਲੇ ਆਓ, ਮਾਪਿਆਂ ਨੂੰ ਕਹਿੰਦੇ, ਕਈ ਜਾਂਦੇ ਹੀ ਨਹੀਂ ਜਾਂਦੇ ਹਨ। ਯੈਸ ਯੈਸ ਯੈਸ। ਔਰ ਕਈ ਘਟਨਾ 'ਚ ਮੈਂ ਦੱਸਣਾ ਚਾਹੁੰਦਾ ਵੀ ਕਈ ਬੰਦਿਆਂ ਨੇ ਮੈਨੂੰ ਕਿਹਾ ਵੀ ਸਾਡੇ ਬੱਚੇ ਸਾਨੂੰ ਕਹਿੰਦੇ ਵੀ ਸਕੂਲੇ ਆਇਓ ਵੀ ਅਸੀਂ ਤਾਂ ਆਪ ਨਹੀਂ ਪੜ੍ਹਿਓ। ਫਿਰ ਮੈਂ ਕਿਹਾ ਵੀ ਇਹਦੇ ਬਾਰੇ ਫਿਰ ਕੀ ਕੀਤਾ ਅਖੇ ਤੂੰ ਮੇਰੇ ਬੱਚਿਆਂ ਬਾਰੇ ਤੂੰ ਜਾ ਸਕਦਾ। ਮੈਂ ਕਿਹਾ ਵੀ ਪਹਿਲਾਂ ਤਾਂ ਉਹ ਬੱਚੇ ਨੂੰ ਤੁਸੀਂ ਮਤਲਬ ਇਹ ਦੱਸੋ ਵੀ ਆਹ ਹਾਲਤ ਆ, ਕਿਉਂਕਿ ਜੇ ਮੈਂ ਜਾ ਕੇ ਕੁਛ ਉਹਦੀ ਗਲਤੀ ਤੁਹਾਨੂੰ ਦੱਸੀ ਫਿਰ ਤਾਂ ਜ਼ਿਆਦਾ ਪੁਆੜਾ ਪੈਣਾ। ਹਾਂ ਬਿਲਕੁਲ ਬਿਲਕੁਲ ਬਿਲਕੁਲ। ਕਿਉਂਕਿ ਉਹ ਕਹਿੰਦਾ ਵੀ ਸਾਨੂੰ ਇੱਦਾਂ ਕਰਦਾ ਹੈਗਾ। ਪਰ ਫਿਰ ਵੀ ਮੈਂ ਦੋ ਕੇਸਾਂ ਦੇ ਵਿੱਚ ਗਿਆ ਜਾਣੀ। ਅੱਛਾ। ਡੈਡੀ ਮੈਂ ਗਿਆ
ਲਿਆ ਤਾਂ ਉਹ ਮਤਲਬ ਮੈਂ ਹੈਰਾਨ ਰਹਿ ਗਿਆ ਵੀ ਉਹਨਾਂ 'ਚ ਸੁਧਾਰ ਹੋਇਆ ਕਿਉਂਕਿ ਉਹ ਮੇਰੀ ਗੱਲ ਸੁਣੀ, ਕਿਉਂਕਿ ਜਦ ਤੁਸੀਂ ਕਿਸੇ ਨੂੰ ਸਹੀ ਗੱਲ ਦੱਸਦੇ ਹੋ ਨਾਲ ਵੱਡੀ ਤਾਂ ਗੱਲ ਆ ਵੀ ਜੇ ਜੇ ਇਹ ਦਿਲ ਦੀ ਜ਼ਿੰਦਗੀ ਵਿਗੜਦੀ ਹੈ ਉਹ ਬੰਦਾ ਮਤਲਬ ਸੋਚ ਗਲਤ ਪਾਸੇ ਚਲ ਜਾਂਦੀ ਹੈ। ਹਾਂਜੀ ਹਾਂਜੀ ਹਾਂਜੀ, ਕਿਉਂਕਿ ਜਿਹੜਾ ਵਿਦਿਆਰਥੀ ਆ ਵਿਦਿਆਰਥੀ ਦਾ ਕੰਮ ਹੈਗਾ ਵੀ ਉਹ ਮਨ ਲਾ ਕੇ ਪੜ੍ਹੇ, ਹਾਂਜੀ ਫਿਰ ਉਹ ਇਹ ਵੀ ਦੇਖੇ ਵੀ ਦੇਖ ਮਾਪੇ ਕਿੰਨਾ ਕਸ਼ਟ ਉਠਾਉਂਦੇ ਆ, ਪੈਸੇ ਖਰਚਦੇ ਆ ਦਿੰਦੇ ਆ ਵੀ ਉਹ ਇੰਨਾ ਹੀ ਕਰ ਸਕਦੇ ਆ, ਜੇ ਉਹ ਨਹੀਂ ਪੜ੍ਹੇ ਤਾਂ ਫਿਰ ਤੁਸੀਂ ਕੁਝ ਪੜ੍ਹ ਕੇ ਦਿਖਾਓ। ਹਾਂਜੀ, ਕਿਉਂਕਿ ਜੇ ਮਾਪਿਆਂ 'ਚ ਕੋਈ ਕਮੀ ਆ ਤਾਂ ਇਹ ਨਹੀਂ ਵੀ ਉਹਨਾਂ ਨੂੰ ਦਿੰਦੀ ਜਾਓ, ਪਰ ਆਪ ਵੀ ਤਾਂ ਫਰਜ਼ ਬਣਦਾ। ਹਾਂਜੀ ਹਾਂਜੀ, ਪਰ ਵੱਡੀ ਤਾਂ ਗੱਲ ਆ ਵੀ ਉਹ ਜਿਉਂ ਜਿਉਂ ਉਹਨਾਂ ਦੀ ਉਮਰ ਹੈ ਨਾ ਮਤਲਬ ਵੱਧਦੀ ਆ ਅਤੇ ਉਹ ਫਿਰ ਘਟਨਾਵਾਂ ਵੀ ਵਾਪਰੀਆਂ ਰਹਿੰਦੀਆਂ। ਹਾਂਜੀ ਹਾਂਜੀ, ਪਰ ਵੱਡੀ ਤਾਂ ਗੱਲ ਆ ਵੀ ਕਈ ਘਰ ਤਾਂ ਇੰਨੇ ਮਾੜੇ ਹਾਲਤ ਆ ਵੀ ਉਹ ਮਾਂ ਪਿਓ ਦੀ ਨਹੀਂ ਸਲਾਹ ਬਣਦੀ, ਯਾਨੀ ਉਹ ਆਪਣੇ ਜਿਹੜੀ ਸਮੱਸਿਆ ਵਾ ਆਪ ਪਹਿਲਾਂ ਤਾਂ ਆਪ ਹੱਲ ਕਰਨ ਫਿਰ ਹੀ ਬੱਚਿਆਂ 'ਤੇ ਅਸਰ ਪੈਣਾ। ਬਿਲਕੁਲ ਬਿਲਕੁਲ, ਕਿਉਂਕਿ ਜੇ ਤੁਹਾਡਾ ਮਤਲਬ ਦੇਖੋ ਵੀ ਘਰ ਨੂੰ ਚਲਾਉਣਾ ਹੈਗਾ ਪਹਿਲਾਂ ਆਪ, ਉਹ ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਚਾਹੀਦਾ ਹੈਗਾ ਵੀ ਨਾਲ ਦੀ ਨਾਲ ਇਹ ਵੀ ਜਿਹੜੀ ਸੋਚ ਹੈ ਨਾ ਜੇ ਜੇ ਸੋਚ ਇਹ ਪਹਿਲਾਂ ਗਲਤ ਆ ਤਾਂ ਫਿਰ ਚੰਗੇ ਪਾਸੇ ਨਹੀਂ ਜਾ ਹੁੰਦਾ। ਹਾਂਜੀ ਹਾਂਜੀ ਹਾਂਜੀ, ਕਿਉਂਕਿ ਜਿਸ ਵੇਲੇ ਤੁਸੀਂ ਵਿਚਰਦੇ ਆ ਤੁਸੀਂ ਵਿਚਰਦੇ ਨਾਲ ਦੀ ਨਾਲ ਇਹ ਖਿਆਲ ਰੱਖੋ ਵੀ ਆਪਾਂ ਸਾਰੇ ਮਾਨਵ ਹਾਂ। ਹਾਂਜੀ ਹਾਂਜੀ, ਜੇ ਬੱਚਿਆਂ ਨੂੰ ਪਹਿਲਾਂ ਤਾਂ ਦੱਸੀ ਜਾਵੇ ਤਾਂ ਫਿਰ ਉਹ ਬੱਚੇ ਇਹ ਵੀ ਗੱਲ ਸੁਣਦੇ ਆ, ਕਿਉਂਕਿ ਜੇ ਤੁਸੀਂ ਹੋਰ ਗੱਲਾਂ ਦੱਸੀ ਜਾਣੀਆਂ ਆਪਣੇ ਉਹਨਾਂ 'ਤੇ ਆਪਣੇ ਧਾਰਮਿਕ ਵਿਸ਼ਵਾਸ ਠੋਸੀ ਜਾਣੇ ਆ ਉਹ ਮਾੜੀ ਗੱਲ ਆ, ਕਿਉਂਕਿ ਆਹ ਜਿਹੜਾ ਸਮਾਜ ਹੈ ਹੋਰ ਤਰ੍ਹਾਂ ਦਾ ਹੈ। ਹਾਂਜੀ ਹਾਂਜੀ ਬਿਲਕੁਲ, ਫਿਰ ਜਿਸ ਵੇਲੇ ਉਹ ਬੱਚਾ ਸਾਰੀਆਂ ਗੱਲਾਂ ਸੁਣਦਾ ਰਹਿੰਦਾ ਠੀਕ ਕਰਦਾ ਰਹਿੰਦਾ ਫਿਰ ਉਹ ਜ਼ਰੂਰ ਸਫਲ ਹੁੰਦਾ, ਮੈਂ ਦੇਖਿਆ ਇਹਨਾਂ ਨੇ। ਪਰ ਜਿਸ ਵੇਲੇ ਤੁਸੀਂ ਜਾਤੀ ਵਰਤਦੇ ਆ ਤਾਂ ਉਹ ਜਿਹੜਾ ਜਾਤੀ ਦਾ ਜਾਣੀ ਉਹ ਉਲਟ ਅਸਰ ਹੁੰਦਾ। ਹਾਂਜੀ, ਜੇ ਲੜਕੀ ਨੂੰ ਕਹੀ ਜਾਣਾ ਵੀ ਤੂੰ ਕੱਪੜੇ ਨੀ ਏਦਾਂ ਦੀ ਪਾਉਂਦੀ ਵਾਹ ਕੀ ਕਰਦੇ ਆ, ਪਰ ਵੱਡੀ ਤਾਂ ਗੱਲ ਹੈ ਵੀ ਸਮਝਾਉਣ ਦਾ ਵੀ ਚੰਗਾ ਤਰੀਕਾ ਹੋਣਾ ਚਾਹੀਦਾ। ਬਿਲਕੁਲ ਜੀ ਬਿਲਕੁਲ ਬਿਲਕੁਲ, ਜਿਹੜੀ ਚੰਗਾ ਤਰੀਕਾ ਹੋਣਾ ਚਾਹੀਦਾ ਫਿਰ ਲੜਕੀਆਂ ਵੀ ਸੁਣਦੀਆਂ। ਹਾਂਜੀ ਹਾਂਜੀ ਹਾਂਜੀ, ਫਿਰ ਜਿਉਂ ਜਿਉਂ ਮਤਲਬ ਜਿੱਦਾਂ ਹੁਣ ਤੁਸੀਂ ਜ਼ਿਕਰ ਕੀਤਾ ਵੀ ਉਹ ਜੋ ਕੁਛ ਬਾਅਦ ਦੀਆਂ ਘਟਨਾਵਾਂ ਹੁੰਦੀਆਂ ਫਿਰ ਤਾਂ ਗੱਲ ਵਿਗੜਦੀ ਰਹਿੰਦੀ ਹੈ। ਹਾਂਜੀ ਹਾਂਜੀ, ਜਿਹੜੇ ਸੋਸ਼ਲ ਵਰਕਰ ਆ ਉਹ ਵੀ ਗੱਲਾਂ ਜਾਣ ਕੇ ਹੀ ਕੋਈ ਹੱਲ ਕਰਦੇ, ਕਿਉਂਕਿ ਜਿਹੜਾ ਉਹ ਦੇਖਦੇ ਹਿਸਟਰੀ ਸਾਰੀ ਵੀ ਬੱਚਾ ਕਿੱਥੇ ਕਰਤਾ ਗਲਤ ਆ। ਪਰ ਜੇ ਵੱਡੀ ਤਾਂ ਗੱਲ ਆ ਵੀ ਜੇ ਤੁਸੀਂ ਚੰਗਾ ਮਤਲਬ ਤੀਰਾ ਰੱਖੋ ਤਾਂ ਫਿਰ ਉਹ ਠੀਕ ਹੋ ਸਕਦਾ, ਮੈਂ ਬਹੁਤ ਦੇਖਿਆ। ਪਰ ਬੜੀ ਤਾਂ ਗੱਲ ਆ ਵੀ ਜਾਣੀ ਜਾਤੀ ਨਹੀਂ ਚਾਹੀਦੀ। ਹਾਂਜੀ ਹਾਂਜੀ, ਦੂਸਰੇ ਪਾਸੇ ਦੇਖੋ ਜਿਉਂ ਜਿਉਂ ਬੱਚੇ ਵੱਡੇ ਹੁੰਦੇ ਜਾਂ ਕਿੰਨਾ ਜਿੰਨਾ ਕੁਝ ਪੜ੍ਹਨਾ ਫਿਰ ਉੱਥੇ ਵੀ ਨਹੀਂ ਠੋਸਣਾ ਚਾਹੀਦਾ ਵੀ ਤੂੰ ਜ਼ਰੂਰ ਆ ਪੜ੍ਹ। ਹਾਂਜੀ ਬਿਲਕੁਲ ਬਿਲਕੁਲ, ਕਿਉਂਕਿ ਉਹ ਜਿਹੜੀ ਪੜ੍ਹਾਈ ਆ ਉਹ ਵੀ ਹਰੇਕ ਬੰਦਾ ਇੱਕੋ ਜਿਹਾ ਨਹੀਂ ਕਰ ਸਕਦਾ, ਨਾਲੇ ਆਪਣਾ ਆਪਣਾ ਇੰਟਰਸਟ ਆ ਜੀ। ਹਾਂਜੀ, ਨਹੀਂ ਨਹੀਂ ਫਿਰ ਵੱਡੀ ਤਾਂ ਗੱਲ ਆ ਵੀ ਜੇ ਉਹ ਜਿੰਨਾ ਜੇ ਉਹਨਾਂ ਦਾ ਮਨ ਲੱਗਦਾ ਕਈ ਤਰ੍ਹਾਂ ਦੀ ਪੜ੍ਹਾਈ ਹੈਗੀ ਹੈ, ਪਰ ਵੱਡੀ ਤਾਂ ਗੱਲ ਆ ਵੀ ਨਾਲ ਦੀ ਨਾਲ ਇਹ ਦੇਖਣਾ ਵੀ ਚਾਹੀਦਾ ਵੀ ਉਹ ਸੰਗਤ ਕਿਹਨਾਂ ਦੀ ਕਰਦੇ। ਹਾਂ, ਕੰਪਨੀ ਬਹੁਤ ਜ਼ਰੂਰੀ। ਯੈਸ 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 ਯੈਸ, ਕਿਉਂਕਿ ਜਿਸ ਵੇਲੇ ਉਹ ਮਾੜੀ ਬਾਹਰ ਤੁਰੇ ਫਿਰਦੇ ਆ ਫਿਰ ਉਹ ਕਈ ਆਪਣੇ ਮਗਰ ਲਾ ਲੈਂਦੇ ਆ, ਫਿਰ ਉਹ ਬੱਚੇ ਆਪਣੇ ਮੈਂ ਮਾਪਿਆਂ ਬਾਰੇ ਵੀ ਦੱਸਣ ਲੱਗ ਪੈਂਦੇ ਜੀ ਸਾਨੂੰ ਝਟਕਦੇ ਆ ਇੱਦਾਂ ਹੁੰਦੀ ਆ, ਉਹਦਾ ਫਿਰ ਉਲਟਾ ਅਸਰ ਹੁੰਦਾ। ਪਰ ਨਾਲ ਦੀ ਨਾਲ ਦੇਖੋ ਜਿਹੜੇ ਇੱਕ ਤਾਂ ਮੈਂ ਹੈਰਾਨ ਆ ਵੀ ਅਸੀਂ ਜਿਹੜੇ ਚੰਗੀਆਂ ਜੀਵਨੀਆਂ ਬਾਰੇ ਬੱਚਿਆਂ ਨੂੰ ਦੱਸਣਾ ਚਾਹੀਦਾ। ਬਿਲਕੁਲ ਜੀ ਬਿਲਕੁਲ ਬਿਲਕੁਲ, ਹੁਣ ਤੁਸੀਂ ਦੇਖੋ ਵੀ ਜਿਹੜੀਆਂ ਬੱਚੀਆਂ ਆ ਉਹਨਾਂ ਨੂੰ ਦੱਸਿਆ ਜਾਵੇ ਵੀ ਇਹਨਾਂ ਨਾਲ ਔਰਤਾਂ ਨੇ ਸੰਘਰਸ਼ ਕੀਤਾ, ਉਹ ਕਿੰਨੇ ਖੇਤਰਾਂ ਚ ਕੀਤਾ ਤੁਸੀਂ ਦੇਖੋ, ਬਿਲਕੁਲ ਨੀ ਦੱਸਦੇ। ਬਿਲਕੁਲ ਜੀ ਬਿਲਕੁਲ ਬਿਲਕੁਲ, ਔਰ ਇਹਦੀ ਬਜਾਏ
ਬਿਲਕੁਲ ਹੈਗਾ ਬਿਲਕੁਲ ਕਰਦੇ ਉਧਰ ਨੂੰ ਬਿਲਕੁਲ ਨਾ ਜਾਓ। ਹਾਂਜੀ ਹਾਂਜੀ ਵਹਿਮ ਪਾਸਿਓ ਜਾਣੀ ਇਹ ਜਿਹੜਾ ਵਹਿਮ ਹੈ ਇਹਨੇ ਇੰਨਾ ਅੰਧ ਵਿਸ਼ਵਾਸ ਨੇ ਨੁਕਸਾਨ ਕੀਤਾ ਔਰ ਜਾਣੀ ਲੋਕਾਂ ਦਾ ਭਵਿੱਖ ਖਰਾਬ ਕਰ ਦਿੱਤਾ। ਔਰ ਬਾਕੀ ਇਹ ਹੈਗੀ ਆ ਵੀ ਜਿਹੜੀ ਹਮੇਸ਼ਾ ਜਿਹੜੀ ਸੋਚ ਹੈ ਉਹ ਸਾਰੀ ਹੋਣੀ ਚਾਹੀਦੀ ਹੈ ਔਰ ਯਤਨ ਕਰਦੇ ਰਹਿਣਾ ਚਾਹੀਦਾ ਔਰ ਮੈਂ ਇਹ ਬਹੁਤ ਯਕੀਨ ਰੱਖਦਾ ਵੀ ਜ਼ਰੂਰ ਸਫਲਤਾ ਮਿਲੂਗੀ। ਔਰ ਬੱਚੇ ਦੇਖੋ ਉਹਨਾਂ ਨੂੰ ਇਹ ਰਿਲਾਈਜ਼ ਹੋਣਾ ਚਾਹੀਦਾ ਵੀ ਤੁਸੀਂ ਆਪਣਾ ਭਵਿੱਖ ਆਪ ਬਣਾਉਣਾ ਹਾਂਜੀ ਹੋਰ ਨਹੀਂ ਕਿਸੇ ਬਣਾਉਣਾ। ਇਹ ਤਾਂ ਹੈ ਤੇ ਬਾਕੀ ਮਦਦ ਕਰ ਸਕਦੇ ਆ ਭਰਾ ਮਦਦ ਕਰ ਸਕਦੇ ਆ ਮਾਂ ਬਾਈ ਕਰ ਸਕਦੇ ਆ ਰਿਸ਼ਤੇਦਾਰ ਕਰ ਸਕਦੇ ਆ ਵੀ ਜੇ ਤੁਸੀਂ ਇਹ ਸਫਲਤਾ ਕਰੀ ਜਾਓਗੇ ਤਾਂ ਤੁਹਾਡਾ ਭਵਿੱਖ ਚੰਗਾ ਬਣਨਾ। ਔਰ ਨਾਲ ਦੀ ਨਾਲ ਸਿਹਤ ਬਾਰੇ ਵੀ ਦੱਸਣਾ ਚਾਹੀਦਾ ਵੀ ਜਿਹੜੀ ਸਿਹਤ ਹੈ ਦੇਖੋ ਬੜੀ ਗੱਲ ਆ ਵੀ ਜੇ ਤੁਸੀਂ ਆਪਣੀ ਸਿਹਤ ਆਪ ਹੀ ਖਰਾਬ ਕਰ ਲੈਣੀ ਹੈ ਜੰਕ ਫੂਡ ਖਾਣਾ ਕਰੋ ਘਰ ਕੋਈ ਚੰਗੀ ਚੀਜ਼ ਨਹੀਂ ਬਣਾਉਣੀ ਉਹ ਵੀ ਤਾਂ ਨੁਕਸਾਨ ਹੀ ਹੈ। ਹਾਂਜੀ ਹਾਂਜੀ ਯਾਨੀ ਹੈਲਥੀ ਜਿਹੜਾ ਹੈ ਬੋਡੀ ਹੈ ਮਾਈਂਡ ਵੀ ਉਸਦਾ ਵੀ ਠੀਕ ਹੋਣਾ ਬਿਲਕੁਲ ਜੀ। ਔਰ ਜ਼ਰੂਰ ਮਤਲਬ ਮਾਪਿਆਂ ਦਾ ਫਰਜ਼ ਆ ਵੀ ਉਹ ਜ਼ਰੂਰ ਇਹਦੇ ਵਿੱਚ ਚੰਗੀ ਭੂਮਿਕਾ ਨਿਭਾਉਣ। ਇੰਨਾ ਕਹਿੰਦਾ ਹੋਇਆ ਜੈ ਗੁਰਦੇਵ। ਜੈ ਭੀਮ ਜੈ ਗੁਰਦੇਵ ਜੀ। ਇਹ ਤਾਂ ਸੀ ਜੀ ਮੇਰੇ ਪੀਰ ਕੀਚਨ ਚੌਹਾਨ ਹੋਣੀ ਜਿਨ੍ਹਾਂ ਨੇ ਬਰਮਿੰਘਮ ਤੋਂ ਫੋਨ ਕੀਤਾ। ਤੁਸੀਂ ਇਸ ਬੜੇ ਦੁਖਦਾਈ ਜਾਂ ਬੜੇ ਪੇਚੀਦਾ ਮਸਲੇ ਬਾਰੇ ਕੀ ਕਹਿਣਾ ਚਾਹੁੰਦੇ ਹਾਂ? ਇਹਦੇ ਵਿੱਚ ਸਰਕਾਰਾਂ ਦਾ ਵੀ ਬਹੁਤ ਵੱਡਾ ਕਸੂਰ ਹੈ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਿਹਾ ਜੀ? ਹੈਲੋ ਹਾਂਜੀ ਹਾਂਜੀ, ਤੁਸੀਂ ਆਪਣਾ ਪਿੱਛੋਂ ਟੈਲੀਵਿਜ਼ਨ ਬੰਦ ਕਰ ਲਓ ਅਤੇ ਫਿਰ ਗੱਲ ਕਰੋ। ਹਾਂਜੀ 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 ਜਗਦੀਸ਼ ਜੀ, ਮੈਂ ਜਗਦੀਸ਼ ਸਿੰਘ ਬੋਲਦਾ ਜੀ। ਹਾਂਜੀ, ਬਹੁਤ ਬਹੁਤ ਵੈਲਕਮ ਆ, ਬਹੁਤ ਬਹੁਤ ਸਵਾਗਤ ਤੁਹਾਡਾ, ਖੁਸ਼ਾਮਦੀਦ। ਸੋਰੀ ਕੁਛ ਦਿਨ ਤੋਂ ਹਾਜ਼ਰੀ ਨਹੀਂ ਲੱਗੀ, ਮੈਂ ਥੋੜ੍ਹਾ ਜਿਹਾ ਰੁਝੇਵੇਂ 'ਚ ਹੋ ਗਿਆ ਸੀਗਾ। ਹਾਂਜੀ ਹਾਂਜੀ, ਥੈਂਕ ਯੂ ਤੁਹਾਡਾ। ਤੁਸੀਂ ਬੜੇ ਵਿਸਥਾਰ ਦੇ ਨਾਲ ਸੋਸ਼ਲ ਵਰਕ ਜਿਹੜਾ ਤੁਸੀਂ ਦੱਸ ਨਾ, ਸੋਸ਼ਲ ਵਰਕਰ ਸਮਾਜ ਸੇਵਕ ਜਿਹਨੂੰ ਆਪਾਂ ਕਹਿੰਦੇ ਹਾਂ, ਹਾਂਜੀ ਹਾਂਜੀ, ਉਹਨਾਂ ਵਾਸਤੇ ਸਭ ਤੋਂ ਜ਼ਰੂਰੀ ਚੀਜ਼ ਇਹ ਹੁੰਦੀ ਹੈ ਕਿ ਉਹ ਨੋਨ ਜੱਜਮੈਂਟਲ ਹੋਣ। ਬਿਲਕੁਲ 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 ਬਿਲਕੁਲ, ਇਹ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਪ੍ਰੀ ਜੱਜਿੰਗ ਕਰਨ ਵੀ ਇਹੋ ਜਿਹਾ ਕੇਸ ਪਹਿਲਾਂ ਸੀ, ਇਹ ਵੀ ਉਹੋ ਜਿਹੇ ਹੋਣਾ। ਹਾਂਜੀ ਹਾਂਜੀ, ਆਪਣੀ ਸੋਚ ਨਾਲ ਧਾਰਨਾ ਨਹੀਂ ਬਣਾਉਣੀ ਚਾਹੀਦੀ, ਤੱਥਾਂ ਦੇ ਆਧਾਰ 'ਤੇ ਸੇਵਾਵਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਨੇ। ਬਿਲਕੁਲ ਜੀ ਬਿਲਕੁਲ ਬਿਲਕੁਲ, ਨਾ ਕਿ ਇਹ ਵੀ ਮੈਂ ਤਨਖਾਹ ਲੈਣ ਲਈ ਕੰਮ ਕਰਦਾ, ਮੇਰੀ ਤਨਖਾਹ ਆਈ ਜਾਂਦੀ ਹੈ, ਮੈਨੂੰ ਕੀ ਕੰਮ ਹੋਵੇ ਨਾ ਹੋਵੇ। ਇੱਕ ਦੁਖਾਵੀ ਗੱਲ ਇਹ ਹੈ ਕਿ ਬਰਤਾਨਵੀ ਸਮਾਜ ਜਿਹੜਾ ਨਾ ਉਹ ਦੁਨੀਆਂ ਨੂੰ ਅੰਗਰੇਜ਼ੀ ਐਨਕਾਂ ਨਾਲ ਦੇਖਦਾ। ਉਹਨਾਂ ਦੇ ਕੋਲ ਇੱਕ ਐਨਕ ਹੈਗੀ ਹੈ, ਉਹਨਾਂ ਨੂੰ ਏਦਾਂ ਲੱਗਦਾ ਵੀ ਇਹ ਸਾਰੇ ਜਿਹੜੇ ਨਾ ਇਹਨਾਂ ਦਾ ਜਿਹੜਾ ਸੋਸ਼ਲ ਸਟਰਕਚਰ ਹੈ ਸਾਡੇ ਵਰਗਾ ਹੀ ਆ। ਸੋਸ਼ਲ ਵਰਕਰ ਨੂੰ ਟ੍ਰੇਨਿੰਗ ਵੀ ਬ੍ਰਿਟਿਸ਼ ਲੋਕਾਂ ਦੇ ਸੱਭਿਆਚਾਰ ਅਨੁਸਾਰ ਦਿੱਤੀ ਜਾਂਦੀ ਹੈ। ਹਾਂਜੀ ਹਾਂਜੀ, ਦੇਸੀ ਸਮਾਜ ਜਾਂ ਦੇਸੀ ਧਰਮਾਂ ਦੇ ਆਧਾਰ 'ਤੇ ਨਹੀਂ ਦਿੱਤੀ ਜਾਂਦੀ, ਜਿਹਦੇ ਨਾਲ ਉਹ ਸਮਾਜ ਸੇਵਕ ਜਾਂ ਤਾਂ ਸੰਵੇਦਨਸ਼ੀਲ ਹੁੰਦੇ ਹੀ ਨਹੀਂ। ਹਾਂਜੀ ਹਾਂਜੀ, ਉਹ ਤਾਂ ਕਾਰਵਾਈ ਪਾਈ ਤੇ ਘਰ ਨੂੰ ਚਲੇ ਗਏ ਚਲੇ ਗਏ। ਤੇ ਜੇ ਸੰਵੇਦਨਸ਼ੀਲ ਹੁੰਦੇ ਵੀ ਆ ਨਾ, ਤੋ ਅੰਗਰੇਜ਼ਾਂ ਦੇ ਢੰਗ ਨਾਲ ਸੰਵੇਦਨਸ਼ੀਲ ਹੁੰਦੇ ਆ, ਇਹ ਬਹੁਤ ਬਰੀਕੀ ਵਾਲੀ ਗੱਲ ਹੈ। ਬਿਲਕੁਲ ਜੀ ਬਿਲਕੁਲ ਬਿਲਕੁਲ ਐਗਰੀ, ਯੈਸ ਯੈਸ। ਸਮਾਜ ਨੂੰ ਜੋੜਨ ਦੀ ਥਾਂ ਤੋੜਨ ਦੇ ਤਰੀਕੇ ਜ਼ਿਆਦਾ ਵਰਤਦੇ ਹਨ। ਆਪਣੀ ਅਥਾਰਟੀ ਦਾ ਫਾਇਦਾ ਉਠਾ ਕੇ ਫਾਈਲਾਂ ਵਿੱਚ ਰਿਪੋਰਟਾਂ ਬਣਾ ਕੇ ਔਰ ਗਤੀਵਿਧੀ ਦੇ ਵੇਰਵੇ ਦੇ ਕੇ ਆਹ ਹੋਗਾ ਜੀ, ਤੇ ਕੇਸ ਸੌਲਵ ਦੀ ਮੋਹਰ ਲਾਈ, ਫਾਈਲ ਬੰਦ ਕਰ। ਤੁਸੀਂ ਉਹਦੇ ਵਿੱਚ ਰਹਿ ਕੇ ਦੇਖਿਆ, ਤੁਹਾਨੂੰ ਜ਼ਿਆਦਾ ਚੰਗੀ ਤਰ੍ਹਾਂ ਪਤਾ ਹੋਣਾ। ਮੈਂ ਸਿਰਫ ਮਹਿਸੂਸ ਹੀ ਕਰਦਾ ਤੁਹਾਡੀ ਗੱਲਾਂ ਸੁਣਨ ਤੋਂ ਬਾਅਦ, ਜਿਹੜਾ ਤੁਸੀਂ ਦੱਸਿਆ ਸੋਸ਼ਲ ਵਰਕਰ ਜਿਹੜੀ
ਜੋਬ ਹੈਗੀ ਹੈ ਬਹੁਤ ਇੰਪੋਰਟੈਂਟ ਹੁੰਦੀ ਹੈ। ਹਾਂਜੀ ਬਹੁਤ 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 ਉਹਨਾਂ ਦੇ ਹੱਥ ਵਿੱਚ ਬੜੀ ਪਾਵਰ ਹੁੰਦੀ ਹੈ ਔਰ ਉਹਨਾਂ ਦੇ ਇੱਕ ਇਸ਼ਾਰੇ ਤੇ ਪੁਲਿਸ ਜਿਹਨੂੰ ਮਰਜ਼ੀ ਚੱਕ ਕੇ ਲੈ ਜਾਂਦੀ ਹੈ ਵੀ ਇਹ ਇਹ ਬੱਚਾ ਇਹ ਖਤਰੇ 'ਚ ਹੈ, ਮਾਂ ਬਾਪ ਤੋਂ ਪਰੇ ਕਰ ਦਿਉ, ਆਹ ਕਰ ਦਿਉ, ਉਹ ਕਰ ਦਿਉ। ਅੱਛਾ ਹੁਣ ਮੁਸ਼ਕਲ ਇਹ ਆਉਂਦੀ ਹੈ ਸਾਡੇ ਸਮਾਜ ਦੇ ਵਿੱਚ ਜ਼ਿਆਦਾਤਰ ਇਹ ਹੁੰਦਾ ਕਿ ਬੱਚੇ ਵਿਗੜ ਕੇ ਘਰੋਂ ਬਾਹਰ ਨਿਕਲ ਜਾਂਦੇ ਆ, ਲੇਕਿਨ ਸੋਸ਼ਲ ਵਰਕਰ ਜਿਹੜੇ ਨੇ ਉਹਨਾਂ ਦੇ ਇਹ ਕਹਿਣਕ ਲਗਾਈ ਹੁੰਦੀ ਹੈ ਕਿ ਇਹ ਬੱਚਾ ਦੇਖੋ ਇਹਨੂੰ ਮਾਂ ਬਾਪ ਕੁੱਟਦੇ ਮਾਰਦੇ ਤਾਂ ਨਹੀਂ ਹੈਗੇ, ਇਹ ਇਹਦੇ 'ਤੇ ਨੀਲ ਤਾਂ ਨਹੀਂ ਪਾਏ ਹੋਏ, ਇਹਨਾਂ ਇਹਦੀ ਇਹਦੇ ਦਾਦਾ ਦਾਦੀ ਜਾਂ ਮਾਂ ਬਾਪ ਬੱਚੇ ਦੇ ਨਾਲ ਕੋਈ ਗਲਤ ਕੰਮ ਤਾਂ ਨਹੀਂ ਕਰ ਰਹੇ। ਇੱਧਰਲੀਆਂ ਚੀਜ਼ਾਂ ਉਹ ਜ਼ਿਆਦਾ ਸੋਚਦੇ ਆ ਕਿ ਜਿਹੜੇ ਘਰ ਬਰਬਾਦ ਹੋ ਰਹੇ ਆ ਉਹਨਾਂ ਬਾਰੇ 'ਚ ਉਹ ਨਾ ਤਾਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਨਾ ਉਹ ਕੀ ਕਹਿੰਦੇ ਇਹਦਾ ਉਹ ਪ੍ਰੋਵਾਈਡ ਕਰਦੇ। ਉਹ ਕਹਿੰਦੇ ਵੀ ਸੋਸ਼ਲ ਵਰਕਰ ਦਾ ਕੰਮ ਹੈ ਬੱਚਿਆਂ ਦੀ ਦੇਖਭਾਲ ਕਰਨੀ, ਜੇ ਉਹ ਕਰ ਬਸ ਇੱਕ ਕਿਤਾਬ ਖੋਲ ਲਈ ਹੈ ਲਕੀਰ ਦੇ ਫਕੀਰ ਹੋ ਕੇ ਆ ਉੱਥੇ ਹੀ ਲਾਈਨ 'ਤੇ ਗੱਡੀ ਚਲਾਈ ਜਾਂਦੀ। ਜੇ ਤੁਸੀਂ ਸੋਸ਼ਲ ਵਰਕਰ ਦੀ ਸ਼ਿਕਾਇਤ ਕਰੋਗੇ ਤਾਂ ਵੀ ਕੋਈ ਹਾਸਲ ਨਹੀਂ ਹੁੰਦਾ, ਇਨਵੈਸਟੀਗੇਸ਼ਨ ਸ਼ੁਰੂ ਹੋ ਜੂਗੀ, ਚੱਲ ਕੇ ਬੰਦ ਹੋ ਜੂਗੀ, ਮਾਮਲਾ ਠੱਪ ਹੋ ਜੂ। ਕਹਿੰਦੇ ਜੇ ਅਸੀਂ ਚੈੱਕ ਕਰ ਲਏ ਸਾਰਾ ਕੁਝ ਠੀਕ ਹੈ। ਲੜਕੀਆਂ ਨੂੰ ਜਿਸ ਵੇਲੇ ਹੋਮ 'ਚ ਪਾ ਦਿੰਦੇ ਆ ਨਾ, ਭਰਤੀ ਕਰ ਦਿੰਦੇ ਆ ਵੀ ਤੈਨੂੰ ਇੱਥੇ ਰਹਿਣਾ ਪੈਣਾ, ਉਹ ਮਹਿਸੂਸ ਕਰਦੀ ਹੈ ਕਿ ਉਹ ਤਾਂ ਜੇਲ੍ਹ 'ਚ ਪੈ ਗਈਆਂ, ਜੇਲ੍ਹ ਦੀਆਂ ਤਾੜੀਆਂ ਹੋਈਆਂ, ਉਹ ਫਿਰ ਜ਼ਿਆਦਾ ਜੇਲ੍ਹ ਦੇ ਨਿਯਮ ਤੋੜਨ ਤੋਂ ਗੁਰੇਜ਼ ਨਹੀਂ ਕਰਦੀਆਂ ਔਰ ਹੋਰ ਉੱਥੇ ਚਮਰ ਜਾਂਦੀਆਂ ਅਤੇ ਹੋਰ ਚਿੱਕੀ ਹੁੰਦੀਆਂ ਅਤੇ ਹੋਰ ਇਹੋ ਜਿਹੇ ਕੰਮ ਕਰਦੀਆਂ ਜਿਹੜੀ ਉਹਨਾਂ ਕੋਲੋਂ ਉਹ ਸੋਸ਼ਲ ਵਰਕਰ ਜਿਹੜੇ ਆ ਜਿਹੜੇ ਹੋਮ ਚਲਾਉਣ ਵਾਲੇ ਉਹ ਵੀ ਤੰਗ ਆ ਜਾਂਦੇ ਵੀ ਇਹ ਸਾਡੇ 'ਤੇ ਨਕਸ਼ ਦਮ ਕਰ ਦਿੱਤਾ। ਇੱਕ ਵਾਰੀ ਫਿਸਲ ਕੇ ਸੰਭਲਣਾ ਜਾਂ ਤਾਂ ਜੇ ਅਸੰਭਵ ਨਹੀਂ ਤਾਂ ਬਹੁਤ ਕਠਿਨ ਹੁੰਦਾ, ਬਹੁਤ ਬਹੁਤ ਮੁਸ਼ਕਲ ਹੁੰਦਾ ਇੱਕ ਵਾਰੀ ਫਿਸਲ ਕੇ ਸੰਭਲਣਾ। ਅੱਛਾ ਜੰਜਾਲ ਦੇ ਵਿੱਚ ਫਸ ਕੇ ਕੋਈ ਵੀ ਬੱਚੀ ਜਿਹੜੀ ਹੈ ਨਾ ਉਹ ਦਿਨ ਪ੍ਰਤੀ ਦਿਨ ਉਹ ਜੰਜਾਲ ਦੀ ਪਕੜ ਵਿੱਚ ਜੰਜਾਲ ਦੀ ਪਕੜ ਸਖ਼ਤ ਹੋਈ ਜਾਂਦੀ ਹੈ ਅਤੇ ਉਹਦੇ 'ਚ ਹੋਰ ਤੋਂ ਹੋਰ ਹੋਰ ਅਤੇ ਹੋਰ ਫਸੀ ਹੋਈ ਮਹਿਸੂਸ ਕਰਦੀ ਹੈ। ਮੀਡੀਆ ਦੇ ਵਿੱਚ ਇਹ ਪਾਵਰ ਹੈ, ਉਹ ਇਹਨਾਂ ਮੁੱਦਿਆਂ ਨੂੰ ਰੋਸ਼ਨੀ ਵਿੱਚ ਲਿਆ ਸਕਦੇ ਜਿਵੇਂ ਤੁਸੀਂ ਕਰ ਰਹੇ ਹੋ। ਹਾਂਜੀ ਹਾਂਜੀ, ਅਸੀਂ ਤੁਹਾਡੀਆਂ ਗੱਲਾਂ ਸੁਣ ਕੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਾਂ। ਬਿਲਕੁਲ ਜੀ, ਸਾਰੇ ਸਮਾਜ ਨੂੰ ਇਹ ਮੁੱਦਾ ਚੁੱਕਣਾ ਚਾਹੀਦਾ ਕਿ ਬਈ ਇੰਨਾ ਕੁਛ ਹੋਈ ਜਾਂਦਾ ਅਤੇ ਤੁਸੀਂ ਸੋਸ਼ਲ ਵਰਕਰਾਂ ਨੂੰ ਉੱਦਾਂ ਦੀ ਟ੍ਰੇਨਿੰਗ ਕਿਉਂ ਨਹੀਂ ਦਿੰਦੇ। ਅਸੀਂ ਇਹ ਕਹਿੰਦੇ ਸੋਸ਼ਲ ਵਰਕਰ ਸਾਰੇ ਮਾੜੇ ਹੈਗੇ ਆ, ਪਰ ਇਹ ਇੱਕ ਹੁੰਦਾ ਕਿ ਦਿਨੇ ਰਾਤ ਜਿਹੜਾ ਨਾ ਇਹ ਸੋਚਣਾ ਕਿ ਮੈਂ ਇਸ ਨੂੰ ਸੋਲਵ ਕਿੱਦਾਂ ਕਰਨਾ, ਬਜਾਏ ਕਿ ਸੋਸ਼ਲ ਵਰਕਰਾਂ ਦੀ ਆਮ ਤੌਰ 'ਤੇ ਇਹ ਸ਼ਿਕਾਇਤ ਹੁੰਦੀ ਹੈ। ਸਾਡੇ ਰਿਸ਼ਤੇਦਾਰਾਂ 'ਚੋਂ ਇੱਕ ਔਰਤ ਸੀਗੀ, ਉਹ ਸੋਸ਼ਲ ਵਰਕਰ ਸੀ ਅਤੇ ਉਹ ਕਹਿੰਦੀ ਮੈਨੂੰ ਘਰ ਆ ਕੇ ਵੀ ਉਹੋ ਜਿਹੇ ਖਿਆਲ ਆਈ ਜਾਂਦੇ ਆ, ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕੀ ਹੁੰਦਾ ਆ ਹੁੰਦਾ। ਉਹ ਕਹਿੰਦੀ ਉਹਨੂੰ ਬਥੇਰਾ ਉਹਨਾਂ ਨੇ ਕਿਹਾ ਵੀ ਤੂੰ ਘਰ ਜਾ ਕੇ ਆਪਣੇ ਆਪ ਨੂੰ ਸਵਿੱਚ ਆਫ ਕਰਿਆ ਕਰ। ਅੱਛਾ ਇਹ ਭਾਵੇਂ ਜਿਹੜੇ ਦਿਮਾਗਾਂ ਦੇ ਡਾਕਟਰ ਹੁੰਦੇ ਆ ਜਾਂ ਸੋਸ਼ਲ ਵਰਕਰ ਹੁੰਦੇ ਆ, ਇਹ ਸਵਿੱਚ ਆਫ ਕਰਨਾ ਇੱਕ ਸੌਖਾ ਨਹੀਂ ਹੈਗਾ। ਸਾਰਾ ਦਿਨ ਜੇ ਅਗਰ ਜਦ ਤੁਸੀਂ ਇਹਨਾਂ ਚੀਜ਼ਾਂ ਵਿੱਚ ਦੀ ਲੰਘਦੇ ਹੋ ਨਾ ਅਤੇ ਸ਼ਾਮ ਨੂੰ ਵੀ ਤੁਹਾਨੂੰ ਇਹੀ ਖਿਆਲ ਆਈ ਜਾਂਦੇ। ਬੜੀ ਮੁਸ਼ਕਲ ਜੋਬ ਹੈਗੀ ਸੋਸ਼ਲ ਵਰਕਰ ਦੀ, ਉਹੀ ਬੰਦਾ ਬਣੇ ਜਿਹੜਾ ਇਹਨੂੰ ਪੂਰੀ ਕਾਮਯਾਬੀ ਸਫਲਤਾ ਨਾਲ ਚਲਾ ਸਕੇ। ਤੇ ਬਸ ਇੰਨੇ ਲਫ਼ਜ਼ ਕਹਿੰਦਾ ਹੋਇਆ ਮੈਂ ਖੇਮਾ ਦਾ ਜਾ ਚੁੱਕਾ ਅਤੇ ਬਾਕੀ ਹੋਰ ਵੀ ਬੁਲਾਰੇ ਤੁਹਾਡੇ ਕੋਲ ਚੰਗੇ ਚੰਗੇ ਲਾਈਨਅਪ ਕੀਤੇ ਹੁੰਦੇ ਆ ਅਤੇ ਉਹਨਾਂ ਨੂੰ ਚਾਂਸ ਦਈਏ ਅਤੇ ਮੈਂ ਕੋਸ਼ਿਸ਼ ਕਰੂੰਗਾ ਅੱਗੇ ਤੋਂ ਆਪਣੀ ਹਾਜ਼ਰੀ ਜਿਹੜੀ ਨਾ ਉਹ ਲਵਾਉਂਦਾ ਰਹੂੰਗਾ ਔਰ ਜਿਹੜੀਆਂ ਪਿਛਲੀਆਂ ਗੈਰ ਹਾਜ਼ਰੀ ਸੀ ਉਹਨੂੰ ਤੁਸੀਂ ਮੇਰੀ ਖੇਮਾ ਕਰ ਦਿਓ। ਥੈਂਕ ਯੂ ਵੈਰੀ ਮੱਚ। ਬਹੁਤ ਬਹੁਤ ਮਿਹਰਬਾਨੀ ਜਗਦੀਸ਼ ਜੀ। ਇਹ ਤਸੀ ਜੀ ਮੇਰੇ ਵੀਰ ਜਗਦੀਸ਼ ਸਿੰਘ ਹੋਣੀ ਗਲਾਸਗੋ ਸਕੋਟਲੈਂਡ ਤੋਂ ਜਿਨ੍ਹਾਂ ਨੇ ਫੋਨ ਕੀਤਾ। ਤੁਸੀਂ
ਇਸ ਗੰਭੀਰ ਮਸਲੇ ਬਾਰੇ ਕੀ ਕਹਿਣਾ ਚਾਹੁੰਦੇ ਹਾਂ, ਕਿਉਂਕਿ ਬੜੇ ਇਹ ਦਿਲ ਹਿਲਾਓ ਕੇਸ ਹੈਗੇ ਆ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਡਾਕਟਰ ਸਾਹਿਬ ਜੀ, ਪੁਰਸ਼ੋਤਮ ਬੋਲ ਰਹੇ ਜੀ। ਪੁਰਸ਼ੋਤਮ ਜੀ, ਭਾਅ ਜੀ ਵੈਲਕਮ ਤੁਹਾਡਾ, ਤੁਸੀਂ ਇੱਕ ਵਾਰੀ ਫਿਰ ਖੁਸ਼ਾਮਦੀਦ, ਤੁਸੀਂ ਕੀਨੀਆ ਤੋਂ ਵਾਪਸ ਆ ਗਏ ਆ, ਸਾਨੂੰ ਬੜੀ ਖੁਸ਼ੀ ਆ। ਹਾਂਜੀ, ਕੀ ਕਹਿਣਾ ਚਾਹੁੰਦੇ? ਬਸ ਮੈਂ ਵੀ ਕਿਹਾ ਕਿ ਹਾਜ਼ਰੀ ਲਵਾਵਾਂ। ਹਾਂਜੀ, ਔਰ ਆ ਜਿਹੜਾ ਤੁਸੀਂ ਮਸਲਾ ਲਿਆਂਦਾ ਆ, ਬਹੁਤ ਗੰਭੀਰ ਮਸਲਾ ਆ। ਔਰ ਇਹ ਤਾਂ ਏਦਾਂ ਆ, ਡੈਮੇਜ ਇਜ਼ ਡਨ, ਤੇ ਹੁਣ ਇਹਨੂੰ ਯੂ ਟਰਨ ਕਰਨਾ ਬਹੁਤ ਗੰਭੀਰ ਹੈਗਾ। ਇਹ ਪਹਿਲਾਂ ਤਾਂ ਜਿਹੜੀ ਹੈਗੀ ਆ ਬੱਚਿਆਂ ਦੀ ਕਮਿਊਨੀਕੇਸ਼ਨ ਪਰਿਵਾਰ ਦੇ ਨਾਲ ਉਹ ਬਹੁਤ ਘੱਟ ਹੋਣ ਕਰਕੇ ਤਾਂ ਬੱਚਿਆਂ ਨੂੰ ਕੋਈ ਹੋਰ ਸੋਰਸ ਕਮਿਊਨੀਕੇਸ਼ਨ ਦਾ ਲੱਭਣਾ ਪੈਂਦਾ ਹੈ। ਬਿਲਕੁਲ ਬਿਲਕੁਲ ਬਿਲਕੁਲ, ਕਈ ਵਾਰੀ ਉਹ ਸੋਰਸ ਕਮਿਊਨੀਕੇਸ਼ਨ ਦਾ ਅੱਛਾ ਆ, ਕਈ ਵਾਰੀ ਬਹੁਤ ਮਾੜਾ ਆ। ਔਰ ਜਿਸ ਤਰ੍ਹਾਂ ਇਹ ਬੱਚੀ ਦੇ ਨਾਲ ਹੋਇਆ ਆ, ਇਹਨੇ ਆਪਣਾ ਜਿਹੜਾ ਕਮਿਊਨੀਕੇਸ਼ਨ ਦਾ ਸੋਰਸ ਦੂਸਰਾ ਲੱਭਿਆ, ਕਿਉਂਕਿ ਬਾਹਰ ਤਾਂ ਸ਼ਾਕਸ ਖੜੇ ਆ, ਬਿਲਕੁਲ ਸਕੂਲਾਂ ਦੇ ਬਾਹਰ ਕ੍ਰੋਕੋਡਾਇਲ ਸ਼ਾਕਸ ਖੜੇ ਆ ਸਾਰੇ। ਔਰ ਉਹ ਤਾਂ ਇਹ ਚਾਹੁੰਦੇ ਆ ਕਿ ਜਿਹੜੇ ਨਾ ਮਾਸੂਮ ਬੱਚੇ ਆ ਇਹਨਾਂ ਨੂੰ ਪਿੱਕ ਕਰ ਲਈਏ। ਔਰ ਜਦੋਂ ਉਹ ਪਿੱਕ ਕਰ ਲੈਂਦੇ ਆ, ਉਹਨਾਂ ਨੂੰ ਉਹ ਜਿਹੜੀ ਜ਼ਿੰਦਗੀ ਦਿਖਾਉਂਦੇ ਆ ਨਾ ਇੰਡੀਪੈਂਡੈਂਸ ਦੀ, ਉਹਦੇ ਨਾਲ ਬੱਚੇ ਘਰ ਨੂੰ ਰਿਪੈਲ ਕਰਦੇ ਆ। ਬਿਲਕੁਲ ਬਿਲਕੁਲ। ਔਰ ਇਹ ਜਦੋਂ ਅਜੇ ਵੀ ਘਰ ਵਾਲੇ ਸਮਝਾ ਸਕਦੇ ਆ, ਉਦੋਂ ਉਹਨੂੰ ਕੁੱਟਮਾਰ ਕਰਦੇ ਆ, ਉਹ ਹੋਰ ਰਿਪੈਲ ਕਰਦੇ ਆ। ਇਹਦਾ ਮਤਲਬ ਕਿ ਕਮਿਊਨੀਕੇਸ਼ਨ ਘਰ ਦੇ ਨਾਲ ਤਾਂ ਟੁੱਟੇ ਗਈ ਇਕਦਮ, ਤੇ ਉਹਨਾਂ ਦੀ ਉਹ ਜਿਹੜੇ ਉਹਨਾਂ ਦੇ ਜਿਹੜੇ ਹੁਣ ਗਰੁੱਪ ਦੇ ਆਦਮੀ ਉਹਨਾਂ ਦੇ ਨਾਲ ਕਮਿਊਨੀਕੇਸ਼ਨ ਜਾ ਰਹੀ ਆ, ਉਹਨਾਂ ਨੂੰ ਉਹਦੇ ਵਿੱਚ ਲਾਈਫ ਦਿਸਦੀ ਆ, ਨਾ ਪੜ੍ਹਾਈ ਚ ਲਾਈਫ ਦਿਸਦੀ ਆ ਤੇ ਨਾ ਹੀ ਘਰ ਦੇ ਵਿੱਚ ਲਾਈਫ ਦਿਸਦੀ ਆ। ਔਰ ਇਹ ਜਦੋਂ ਹੁਣ ਸੋਸ਼ਲ ਵਰਕਰਸ ਇਸ ਸਿਚੁਏਸ਼ਨ ਤੇ ਆ ਜਾਂਦੇ ਆ, ਉਦੋਂ ਤਾਂ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਆ। ਬਿਲਕੁਲ। ਔਰ ਇਹ ਤਾਂ ਕਿਉਂਕਿ ਸੋਸ਼ਲ ਵਰਕਰਸ ਦੀ ਪੜ੍ਹਾਈ ਆ, ਇਹਨਾਂ ਦਾ ਐਕਸਪੀਰੀਅੰਸ ਆ, ਇਹ ਕੋਸ਼ਿਸ਼ ਕਰਦੇ ਆ, ਪਰ ਬਹੁਤ ਜ਼ਿਆਦਾ ਟਾਈਮ ਤੇ ਇਹਨਾਂ ਦਾ ਇਹ ਸਫਲ ਹੋਣਾ ਮੁਸ਼ਕਲ ਹੋ ਜਾਂਦਾ, ਕਿਉਂਕਿ ਆਦਤਾਂ ਪੱਕ ਗਈਆਂ ਆ ਔਰ ਉਸ ਤੋਂ ਬਾਅਦ ਆ ਨਹੀਂ ਸਕਦੇ ਵਾਪਸ। ਇਹ ਤਾਂ ਪਰਮਾਤਮਾ ਮਿਹਰ ਕਰੇ ਉਹਨਾਂ ਦੇ ਉੱਤੇ ਕਿ ਉਹ ਯੂ ਟਰਨ ਵਾਪਸ ਲੈ ਲਵੇ ਤੇ ਆ ਜਾਵੇ, ਨਹੀਂ ਤੇ ਏਦਾਂ ਦੇ ਬੰਦਿਆਂ ਦੀ ਨਾ ਆਪਣੀ ਜ਼ਿੰਦਗੀ ਆਪਣੀ ਵੀ ਖਰਾਬ ਹੋ ਜਾਂਦੀ ਆ, ਆਪਣੇ ਮਾਂ ਬਾਪ ਦੀ ਵੀ ਖਰਾਬ ਕਰਦੇ ਆ, ਤੇ ਆਪਣੇ ਜਿਹੜੇ ਆਲੇ ਦੁਆਲੇ ਹੋਰ ਹੈਗੇ ਆ ਉਹਨਾਂ ਦਾ ਵੀ ਪ੍ਰਭਾਵ, ਉਹਨਾਂ ਤੇ ਵੀ ਪ੍ਰਭਾਵ ਇੰਨਾ ਚੰਗਾ ਨਹੀਂ ਪੈਂਦਾ। ਬਿਲਕੁਲ 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 ਬਿਲਕੁਲ। ਡਾਕਟਰ ਜੀ, ਤੁਸੀਂ ਸਮਾਜ ਬਹੁਤ ਸੁਧਾਰ ਰਹੇ ਆ ਔਰ ਤੁਸੀਂ ਇਹ ਕਰੀ ਚੱਲੋ, ਔਰ ਡੈਫੀਨੇਟਲੀ ਇਹਦਾ ਇਹ ਵੀ ਤੁਹਾਨੂੰ ਪਰਮਾਤਮਾ ਜ਼ਰੂਰ ਦਏਗਾ। ਥੈਂਕ ਯੂ ਜੀ, ਥੈਂਕ ਯੂ। ਇੰਨਾ ਹੀ ਕਹਿੰਦਾ ਮੈਂ ਤੁਹਾਨੂੰ। ਬਹੁਤ ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਮੇਰੇ ਵੀਰ ਪੁਰਸ਼ੋਤਮ ਭੰਵਰ ਹੋਣੀ, ਜਿਹਨਾਂ ਨੇ ਬਰਮਿੰਗਮ ਤੋਂ ਫੋਨ ਕੀਤਾ। ਮੇਰੇ ਤੋਂ ਅਜੇ ਵੀ 3 ਮਿੰਟ ਹੈ ਜੇ ਤੁਸੀਂ ਵੀ ਕੋਈ ਗੱਲ ਕਰਨੀ ਚਾਹੁੰਦੇ ਹਾਂ, ਕਿਉਂਕਿ ਇਹੋ ਜਿਹੇ ਜਿਹੜੇ ਕੇਸ ਹੈਗੀਆਂ, ਇਹੋ ਜਿਹੀਆਂ ਜਿਹੜੀਆਂ ਸਟੋਰੀਜ਼ ਹੈਗੀਆਂ, ਸੱਚੀਆਂ ਵਾਰਦਾਤਾਂ ਜਿਹੜੀਆਂ ਹੈਗੀਆਂ, ਇਹਨਾਂ ਬਾਰੇ ਅਸੀਂ ਬਹੁਤ ਘੱਟ ਗੱਲ ਕਰਦੇ ਹਾਂ। ਅਸੀਂ ਇਹ ਸੋਚਦੇ ਹਾਂ ਵੀ ਸ਼ਾਇਦ ਮੱਥਾ ਟੇਕਣ ਨਾਲ ਇਹ ਗੱਲ ਬਣ ਜੂਗੀ। ਮੈਂ ਸਮਝਦਾ ਵੀ ਜਿਹੜੇ ਸਾਡੇ ਧਾਰਮਿਕ ਅਦਾਰੇ ਹੈਗੇ ਆ, ਉਹ ਤੁਹਾਡਾ ਆਪਣਾ ਆਪਣਾ ਅਕੀਦਾ ਹੈ, ਉਹਨਾਂ ਵਿੱਚ ਇਹਨਾਂ ਇਸ਼ੂਜ਼ ਬਾਰੇ, ਬੱਚਿਆਂ ਦੇ ਇਸ਼ੂਜ਼ ਬਾਰੇ ਜ਼ਰੂਰ ਯਾਨੀ ਕਿ ਗੱਲ ਹੋਣੀ ਚਾਹੀਦੀ ਹੈ। ਇਹ ਨਹੀਂ ਮੈਂ ਕਹਿੰਦਾ ਵੀ ਤੁਸੀਂ ਮੈਨੂੰ ਸੱਦੋ ਉੱਥੇ, ਕੋਈ ਵੀ ਜਾਣੀ ਕਿਹੜੇ ਸਪੈਸ਼ਲਿਸਟ ਜਾਣੀ ਕਿਹੜੇ ਬੰਦੇ ਹੁੰਦੇ ਹੈਗੇ ਆ,
ਉਹਨਾਂ ਨੂੰ ਉੱਥੇ ਜ਼ਰੂਰ ਸੱਦੋ। ਐਨ ਐਸ ਪੀ ਸੀ ਸੀ ਦੇ ਬੰਦੇ ਹੈ ਜਾਂ ਐਨ ਕਿਹੜਾ ਹੈਗਾ ਆ ਤੁਹਾਡੇ ਦਫ਼ਤਰ, ਯਾਨੀ ਕਿ ਤੁਹਾਡੇ ਏਰੀਏ ਦੇ ਵਿੱਚ ਕੋਈ ਦਫ਼ਤਰ ਹੈਗਾ, ਉਹਨਾਂ ਵਿੱਚ ਕੋਈ ਸਪੈਸ਼ਲਿਸਟ ਬੰਦਾ ਕੋਈ ਹੈਗਾ ਉਹਨੂੰ ਸੱਦੋ ਤੁਸੀਂ ਆਪਣੇ ਸ਼ਹਿਰ ਦੇ ਵਿੱਚ। ਅਤੇ ਇਹੋ ਜਿਹਾ ਜਿਹੜੀਆਂ ਗੱਲਾਂ ਹੈਗੀਆਂ ਮਹੀਨੇ ਵਿੱਚ ਘੱਟੋ ਘੱਟ ਇੱਕ ਵਾਰੀ ਜਿਹੜੀ ਆ ਟੋਕ ਹੈ ਇਹਦੇ ਬਾਰੇ ਜ਼ਰੂਰ ਘੱਟੋ ਘੱਟ ਯਾਨੀ ਕਿ ਗੱਲ ਹੋਣੀ ਚਾਹੀਦੀ, ਐਵਰੀ ਵੀਕ ਹੋਣੀ ਚਾਹੀਦੀ ਬੈਸਟ ਤਾਂ ਜੇ ਜ਼ਿਆਦਾ ਨਹੀਂ ਤਾਂ ਘੱਟੋ ਘੱਟ ਵੀਕ ਦੀ ਮਹੀਨੇ ਬਾਅਦ ਯਾਨੀ ਕਿ ਗੱਲ ਕੋਈ ਨਾ ਕੋਈ ਹੋਣੀ ਚਾਹੀਦੀ। ਕੋਈ ਨਾ ਕੋਈ ਬੁਲਾਰਾ ਜਿਹੜਾ ਹੈਗਾ ਸੋਸ਼ਲ ਸਰਵਿਸ ਦਾ, ਪੁਲਿਸ ਦਾ ਅਤੇ ਐਜੂਕੇਸ਼ਨ ਤੋਂ ਵੀ ਕੋਈ ਕੋਈ ਹੈੱਡ ਟੀਚਰ ਆਪਣੇ ਹੈਗੇ ਆ ਉਹਨਾਂ ਨੂੰ ਕਿਸੇ ਨੂੰ ਸੱਦਿਆ ਜਾ ਸਕਦਾ ਹੈਗਾ, ਉਹਨਾਂ ਨੂੰ ਸਮੱਸਿਆਵਾਂ ਕਿਹੋ ਜਿਹੀਆਂ ਹੈਗੀਆਂ ਅਤੇ ਇਹਨਾਂ ਦਾ ਆਪਾਂ ਹੱਲ ਕਿੱਦਾਂ ਲੱਭੀਏ, ਇਹ ਬਹੁਤ ਜ਼ਰੂਰੀ ਹੈਗਾ। ਕਿਉਂਕਿ ਜੇ ਅਸੀਂ ਆਪਣੇ ਬੱਚਿਆਂ 'ਤੇ ਬੱਚਿਆਂ ਨੂੰ ਨਾ ਬਚਾ ਸਕੇ ਬਾਹਰ ਤਾਂ ਬਹੁਤ ਵੱਡੀਆਂ ਜਿਹੜੀਆਂ ਇੱਲਾਂ ਬੈਠੀਆਂ ਹੈਗੀਆਂ ਝਪੱਟਾ ਮਾਰਨ ਦੇ ਲਈ, ਉਹ ਆਪਣੇ ਨਾਂ ਵੀ ਚੇਂਜ ਕਰ ਲੈਂਦੇ, ਆਪਣਾ ਧਰਮ ਵੀ ਹੋਰ ਦੱਸਦੇ ਹੈਗੇ ਆ ਅਤੇ ਇਹਨਾਂ ਬੱਚਿਆਂ ਦੀ ਟਰੈਫਿਕਿੰਗ ਵੀ ਕਰਦੇ ਹੈ ਅਤੇ ਕਈ ਬੱਚੇ ਯਾਨੀ ਕਿਹੜੇ ਇਸ ਮੁਲਕ ਤੋਂ ਬਾਹਰ ਵੀ ਲੈ ਗਏ ਹੈਗੇ ਲੋਕ ਅਤੇ ਉਹ ਮੁੜ ਕੇ ਕਦੀ ਵਾਪਸ ਨਹੀਂ ਆਏ। ਤੁਸੀਂ ਆਪਣੇ 'ਤੇ ਇਹ ਗੱਲ ਜਿਹੜੀ ਹੈਗੀ ਲੈ ਕੇ ਆਓ ਵੀ ਜੇ ਤੁਹਾਡੇ ਬੱਚੇ ਨਾਲ ਜਾਂ ਤੁਹਾਡੀ ਬੱਚੀ ਨਾਲ ਇੱਦਾਂ ਹੁੰਦਾ ਹੋਵੇ ਦੈਨ ਹਾਊ ਵੁੱਡ ਯੂ ਫੀਲ। ਇਹ ਦਰਦ ਮਹਿਸੂਸ ਕਰਨ ਦੀ ਗੱਲ ਹੈਗੀ ਆ ਅਤੇ ਜਿਹੜੇ ਆਫਿਸਰਸ ਇਹਨਾਂ ਮਹਿਕਮੇ ਵਿੱਚ ਕੰਮ ਕਰਦੇ ਹੈਗੇ ਆ ਉਹਨਾਂ ਦਾ ਵੀ ਫਰਜ਼ ਬਣਦਾ ਕਿ ਉਹ ਇਹਨਾਂ ਗੱਲਾਂ ਨੂੰ ਆਪਣੇ 'ਤੇ ਲਿਆ ਕੇ ਮਹਿਸੂਸ ਕਰਨ ਅਤੇ ਉਹਦੇ ਬਾਰੇ ਸੰਸੈਰਟੀ ਦੇ ਨਾਲ ਇਹ ਕੰਮ ਕਰਨ ਲਿਆ ਵੀ ਉਹਨੂੰ ਕਿੱਦਾਂ ਯਾਨੀ ਕਿ ਇਹੋ ਜਿਹਾ ਕੇਸਿਸ ਜਿਹੜੇ ਹੈਗੇ ਉਹਨਾਂ ਨੂੰ ਸੋਲਵ ਕੀਤਾ ਜਾ ਸਕਦਾ। ਬਹੁਤ ਸਾਰੇ ਕੇਸਿਸ ਵਿੱਚ ਤਾਂ ਮਾਂ ਬਾਪ ਨੂੰ ਜਿਸ ਤਰ੍ਹਾਂ ਇਸ ਕੇਸ ਵਿੱਚ ਵੀ ਉਹ ਮਾਂ ਬਾਪ ਨੂੰ ਹਾਰਟ ਅਟੈਕ, ਉਹਨੂੰ ਫਾਦਰ ਨੂੰ ਹਾਰਟ ਅਟੈਕ ਹੋ ਗਿਆ ਅਤੇ ਹੀ ਡਾਈਡ ਲੇਟਰ ਔਨ। ਅਤੇ ਇੱਦਾਂ ਦੇ ਹੋਰ ਵੀ ਬਹੁਤ ਸਾਰੇ ਕੇਸਿਸ ਹੈ ਜਿਹੜੇ ਕਿ ਆਪਾਂ ਡਿਸਕਸ਼ਨ ਵਿੱਚ ਲੈ ਕੇ ਆਵਾਂਗੇ, ਕਰਦੇ ਰਹਾਂਗੇ। ਅਤੇ ਜਿਸ ਤਰ੍ਹਾਂ ਮੈਂ ਅਸੀਂ ਗੱਲ ਕੀਤੀ ਕਿਉਂਕਿ ਇਹ ਜਿਹੜੀ ਕਿਤਾਬ ਹੈ ਬੱਕਰੀ ਨਸਲ ਇਹ ਇੱਥੇ ਪੰਜਾਬੀ ਦੇ ਏ ਲੈਵਲ ਵਿੱਚ ਵੀ ਇਸੇ ਕਰਕੇ ਬਹੁਤ ਦੇਰ ਐਜ਼ ਏ ਸਿਲੇਬਸ ਦੇ ਤੌਰ 'ਤੇ ਲੱਗੀ ਰਹੀ ਸੀ ਅਤੇ ਇੰਡੀਆ ਵਿੱਚ ਵੀ ਇਹਦਾ ਯਾਨੀ ਕਾਫੀ ਜਿਹੜਾ ਨੋਟਿਸ ਲਿਆ ਗਿਆ ਸੀ। ਅਤੇ ਮੈਂ ਇਸੇ ਕਰਕੇ ਇਹ ਕਿਤਾਬ ਲਿਖੀ ਸੀ ਕਿਉਂਕਿ ਮੈਂ ਸਮਝਦਾ ਇਹ ਜਿਹੜੀਆਂ ਸੱਚੀਆਂ ਗੱਲਾਂ ਹੈਗੀਆਂ ਇਹ ਦੱਸਣੀਆਂ ਲੋਕਾਂ ਨੂੰ ਬਹੁਤ ਜ਼ਰੂਰੀ ਹੈ। ਉੱਦਾਂ ਕਹਾਣੀਆਂ ਲਿਖੀ ਜਾਣੀਆਂ ਪੁਰਾਣੀ ਧਮਕਾਨੀ ਜਿਹਦਾ ਕੋਈ ਸੈਰ ਪੈਰ ਵੀ ਨਹੀਂ ਹੈ, ਆਪਣੇ ਕੋਲੋਂ ਇਮੈਜੀਨੇਸ਼ਨ ਤੁਸੀਂ ਬਣਾਈ ਜਾਂਦੇ ਹੋ ਉਹ ਗੱਲ ਹੋਰ ਹੁੰਦੀ ਹੈ, ਪਰ ਜਿਹੜੀ ਸੱਚੀ ਕਹਾਣੀ ਹੈ ਉਹਦਾ ਅਸਰ ਬਹੁਤ ਜ਼ਿਆਦਾ ਹੁੰਦਾ। ਜੇ ਅਸੀਂ ਆਪਣੇ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਦੈਨ ਦ ਕਮਿਊਨੀਕੇਸ਼ਨ ਇਜ਼ ਵੈਰੀ ਵੈਰੀ ਇੰਪੋਰਟੈਂਟ। ਕਮਿਊਨੀਕੇਸ਼ਨ ਵਿਦ ਦੈਮ, ਕਮਿਊਨੀਕੇਸ਼ਨ ਵਿਦ ਦਾ ਸਕੂਲ, ਕਮਿਊਨੀਕੇਸ਼ਨ ਵਿਦ ਦਾ ਅਦਰ ਜਿਹੜਾ ਹੈਗਾ ਪੁਲਿਸ, ਇਹਨਾਂ ਨਾਲ ਅਦਾਰਿਆਂ ਨਾਲ ਜਿਹੜਾ ਕਮਿਊਨੀਕੇਸ਼ਨ ਕਰਨਾ ਬਹੁਤ ਜ਼ਰੂਰੀ ਹੈ ਅਤੇ ਘਰ ਵਿੱਚ ਤੁਹਾਨੂੰ ਆਪ ਵੀ ਰੋਲ ਮਾਡਲ ਬਣਨ ਦੀ ਜ਼ਰੂਰਤ ਹੈਗੀ ਹੈ। ਬੱਚਿਆਂ ਨੂੰ ਘਰ ਜਿਹੜਾ ਹੈਗਾ ਘਰੋਂ ਸਕੂਲੇ ਛੱਡ ਕੇ ਆਓ, ਉਹਨਾਂ ਨੂੰ ਵਾਪਸ ਲੈ ਕੇ ਆਓ, ਜੇ ਉਹ ਐਬਸੈਂਸ ਹੈਗਾ ਤਾਂ ਕਿਉਂ ਐਬਸੈਂਸ ਹੈਗਾ ਉਹਦੇ ਬਾਰੇ ਵੀ ਗੱਲ ਕਰੋ। ਕਿਉਂਕਿ ਜਿਹੜਾ ਨੰਬਰ ਆਫ ਗੈਂਗਸ ਡਰੱਗ ਵਿੱਚ ਵੀ ਬੱਚੇ ਨੂੰ ਫਸਾ ਸਕਦੇ ਹੈਗੇ ਆ ਜਾਂ ਹੋਰ ਵੀ ਕਈ ਤਰ੍ਹਾਂ ਦੇ ਤਰੀਕੇ ਹੈ ਜਿਹੜੇ ਕਿ ਬਹੁਤ ਕੁਛ ਅੱਜ ਕੱਲ੍ਹ ਚੱਲ ਰਿਹਾ ਹੈਗਾ। ਅਤੇ ਇਹੋ ਜਿਹਾ ਮਲਟੀਕਲਚਰਲ ਸੁਸਾਇਟੀ ਵਿੱਚ ਜਿੱਥੇ ਕਿ ਬੱਚਿਆਂ ਦੇ ਰਾਈਟਸ ਵੀ ਹੈਗੇ ਆ, ਜਿੱਥੇ ਕਿ ਹਰ ਤਰ੍ਹਾਂ ਦੇ ਜਿਹੜੇ ਹੈਗੇ ਹੋਰ ਰਾਈਟਸ ਵੀ ਆਪਣੇ ਆਪਣੇ ਰਾਈਟਸ ਹੈਗੇ ਆ, ਉਹਨਾਂ ਬੱਚਿਆਂ ਨੂੰ ਜਿਹੜੇ ਬੱਚੇ ਅਨਪੋਲ ਹੈਗੇ, ਬੱਚੇ ਜੇ ਨਾਬਾਲਗ ਹੈਗੇ ਆ, ਉਹਨਾਂ ਨੂੰ ਆਪਾਂ ਕਿੱਦਾਂ ਬਚਾਇਆ ਜਾ ਸਕਦਾ। ਦੈਟਸ ਵੈਰੀ ਵੈਰੀ ਇੰਪੋਰਟੈਂਟ। ਅਦਰਵਾਈਜ਼ ਤੁਹਾਡੀ ਆਪਣੀ ਲਾਈਫ ਵੀ ਰੂਨ ਹੁੰਦੀ ਹੈ, ਤੁਹਾਡੇ ਬਾਕੀ ਬੱਚਿਆਂ ਦੀ ਲਾਈਫ ਵੀ ਰੂਨ ਹੁੰਦੀ ਹੈ। ਅਤੇ ਜਿਹੜੇ ਸਾਡੇ ਸੋ ਕਾਲਡ ਹਤੈਸ਼ੀ ਰਿਸ਼ਤੇਦਾਰ ਦੇ ਨਿੱਕੇ ਜਾਂ ਦੋਸਤ ਮਿੱਤਰ ਹੁੰਦੇ ਹੈ ਉਹ ਵੀ ਤੁਹਾਨੂੰ ਤਾਂ ਨਹੀਂ ਮਿਲਣੇ ਦਿੰਦੇ ਆ। ਅਗਲੇ ਹਫ਼ਤੇ ਤੁਹਾਡੇ ਲਈ ਮੈਂ ਹੋਰ ਜਿਹੜਾ ਹੈਗਾ ਕੋਈ ਇਹੋ ਜਿਹਾ ਕੇਸ ਲੈ ਕੇ ਆਊਂਗਾ। ਆਪਣੇ ਮੈਂ ਸਾਰੇ ਹੀ ਕਾਲਰਸ ਦਾ ਤਹਿ ਦਿਲ ਤੋਂ ਧੰਨਵਾਦ ਦੀਆਂ ਜਿਨ੍ਹਾਂ ਨੇ ਇਹਦੇ ਵਿੱਚ ਸ਼ਿਰਕਤ ਕੀਤੀ ਆ। ਹੋਪ ਫਾਰ ਦ ਬੈਸਟ ਸੀ।